ਵਾਕਈ ਬਹੁਤ ਕਮਾਲ ਹੁੰਦੇ ਹਨ ਜਿਨ੍ਹਾਂ ਦੇ ਹਿੱਸੇ ਇਹ ਕੰਮ ਆਉਂਦਾ ਹੈ ਕਿ ਉਹ ਕਿਸੇ ਹੋਰ ਦੇ ਸੁਪਨਿਆਂ ਨੂੰ ਪੂਰਾ ਕਰ ਸਕਣ। ਵਾਕਈ ਅਜਿਹੇ ਲੋਕ ਬਹੁਤ ਹੀ ਘੱਟ ਹੁੰਦੇ ਹਨ ਅਤੇ ਬਹੁਤ ਹੀ ਖਾਸ ਹੁੰਦੇ ਹਨ। ਸੋ ਵੈਲਕਮ ਟੂ ਆਰ ਸ਼ੋਅ ਬਿਜ਼ਨਸ ਆਫ ਦਾ ਵੀਕ ਦੇ ਵਿੱਚ, ਅਤੇ ਇਸ ਸ਼ੋਅ ਦੇ ਵਿੱਚ ਅੱਜ ਅਸੀਂ ਪਹੁੰਚ ਚੁੱਕੇ ਹਾਂ GPP ਗਰੁੱਪਸ ਯਾਨੀ ਕਿ ਗੁਪਤਾ ਬਿਲਡਰਸ ਐਂਡ ਪ੍ਰਮੋਟਰਸ ਦੇ ਕੋਲ। ਅਤੇ ਗੁਪਤਾ ਬਿਲਡਰਸ ਦੀ ਗੱਲ ਕੀਤੀ ਜਾਵੇ ਯਾਨੀ ਕਿ GPP ਗਰੁੱਪ ਦੀ ਗੱਲ ਕੀਤੀ ਜਾਵੇ, ਤਾਂ ਵਾਕਈ ਇਹ ਜਦੋਂ ਇੱਕ ਘਰ ਨੂੰ ਤਿਆਰ ਕਰਦੇ ਹਨ, ਸਿਰਫ ਨੋਰਮਲ ਘਰ ਨਹੀਂ ਹੁੰਦਾ ਬਲਕਿ ਉਹ ਤੁਹਾਡੇ ਸੁਪਨਿਆਂ ਦਾ ਘਰ ਹੁੰਦਾ ਹੈ, ਅਤੇ ਇਹ ਦੇਖਦੇ ਨੇ ਕਿ ਉੱਥੇ ਤੁਹਾਡੇ ਸੁਪਨੇ ਵੀ ਪੂਰੇ ਹੋ ਸਕਣ। ਪ੍ਰੋਪਰ ਤਰੀਕੇ ਦੇ ਨਾਲ ਲੋਕੈਲਿਟੀ ਦੇਖੀ ਜਾਂਦੀ ਹੈ, ਪ੍ਰੋਪਰ ਤਰੀਕੇ ਦੇ ਨਾਲ ਸਿਕਿਉਰਿਟੀ ਦੇਖੀ ਜਾਂਦੀ ਹੈ, ਸਿਰਫ ਅਤੇ ਸਿਰਫ ਘਰ ਹੀ ਨਹੀਂ ਬਲਕਿ ਇਨਵੈਸਟਮੈਂਟ ਪਰਪਸ ਤੋਂ ਵੀ ਤੁਹਾਡੇ ਸੁਪਨੇ ਦੇਖੇ ਜਾਂਦੇ ਹਨ। ਨਾਲ ਦੀ ਨਾਲ ਬਿਜ਼ਨਸ ਥਰੂ ਵੀ ਬਹੁਤ ਸਾਰੀਆਂ ਪ੍ਰੋਪਰਟੀਜ਼, ਕਮਰਸ਼ੀਅਲ ਪ੍ਰੋਪਰਟੀਜ਼ ਤਿਆਰ ਕੀਤੀਆਂ ਜਾਂਦੀਆਂ ਹਨ। ਸੋ ਅੱਜ ਦੇ ਇਸ ਸ਼ੋਅ ਦੇ ਵਿੱਚ ਅਸੀਂ ਤੁਹਾਡੀ ਮੁਲਾਕਾਤ ਕਰਵਾਵਾਂਗੇ ਡਾਇਰੈਕਟਰ ਸੇਲਸ ਐਂਡ ਮਾਰਕੀਟਿੰਗ ਆਫ GPP ਗਰੁੱਪਸ ਯਾਨੀ ਕਿ ਮਿਸਟਰ ਅਨੁਪਮ ਗੁਪਤਾ ਜੀ ਦੇ ਨਾਲ। ਚਲੋ ਫਿਰ ਕਰਦੇ ਉਹਨਾਂ ਦੇ ਨਾਲ ਮੁਲਾਕਾਤ। GPP ਗਰੁੱਪ ਵੱਲੋਂ ਬਣਾਈਆਂ ਜਾ ਰਹੀਆਂ ਇਹ ਸਿਰਫ ਇਮਾਰਤਾਂ ਨਹੀਂ ਬਲਕਿ ਲੋਕਾਂ ਦਾ ਭਰੋਸਾ ਹੈ ਜੋ ਅੱਜ ਆਸਮਾਨ ਛੂ ਰਿਹਾ ਹੈ। GPP ਗਰੁੱਪ ਦੀ USP ਹੀ ਵਾਅਦਿਆਂ ਨੂੰ ਪੂਰਾ ਕਰਨਾ ਅਤੇ ਲੋਕਾਂ ਦੇ ਭਰੋਸੇ ਨੂੰ ਜਿੱਤਣਾ ਹੈ। ਇਸ ਭਰੋਸੇ ਕਰਕੇ ਹੀ GPP ਗਰੁੱਪ ਨਾਰਥ ਇੰਡੀਆ ਵਿੱਚ ਆਪਣੀ ਅਲੱਗ ਪਹਿਚਾਨ ਬਣਾ ਚੁੱਕਿਆ ਹੈ। ਅਗਰ ਬਿਜ਼ਨਸ ਦੀ ਗੱਲ ਕੀਤੀ ਜਾਵੇ, GPP ਗਰੁੱਪ ਨੇ ਸਾਲ 2011 ਵਿੱਚ 40 ਕਰੋੜ ਤੋਂ ਲੈ ਕੇ 2018 ਵਿੱਚ 800 ਕਰੋੜ ਅਤੇ 2019 ਤੱਕ 1200 ਕਰੋੜ ਦੀ ਐਸਟੀਮੇਟ ਸੇਲ ਰਿਕਾਰਡ ਕੀਤੀ ਹੈ। ਜਿੱਥੇ ਸਟਰਗਲਿੰਗ ਰੀਅਲ ਅਸਟੇਟ ਮਾਰਕੀਟ ਵਿੱਚ ਆਮ ਤੌਰ ਤੇ 5-7% ਸਾਲਾਨਾ ਗਰੋਥ ਰੇਟ ਵੇਖਣ ਨੂੰ ਮਿਲਦੀ ਹੈ, ਉੱਥੇ GPP ਗਰੁੱਪ ਨੇ 50% ਤੋਂ ਵੀ ਵੱਧ ਵਾਧੇ ਦੀ ਸਾਲਾਨਾ ਗਰੋਥ ਰੇਟ ਹਾਸਲ ਕੀਤੀ ਹੈ ਅਤੇ ਨਾਲ ਹੀ 4000 ਕਰੋੜ ਦੇ 10 ਪ੍ਰੋਜੈਕਟਸ ਨੂੰ ਆਪਣੇ ਨਾਲ ਜੋੜਿਆ ਹੈ। GPP ਗਰੁੱਪ ਦੇ ਸੇਲਸ ਐਂਡ ਮਾਰਕੀਟਿੰਗ ਡਾਇਰੈਕਟਰ ਮਿਸਟਰ ਅਨੁਪਮ ਗੁਪਤਾ ਦਾ ਕੰਮ ਕਰਨ ਦਾ ਨਜ਼ਰੀਆ ਅਤੇ ਤਰੀਕਾ ਹੀ GPP ਗਰੁੱਪ ਦੀ ਤਾਕਤ ਹੈ। ਉਹਨਾਂ ਨੂੰ ਸੇਲਸ ਐਂਡ ਮਾਰਕੀਟਿੰਗ ਵਿੱਚ ਟ੍ਰੇਡਮਾਰਕ ਵਜੋਂ ਵੀ ਜਾਣਿਆ ਜਾਂਦਾ ਹੈ। ਉਹਨਾਂ ਦੀ ਦੂਰ ਅੰਦੇਸ਼ੀ ਸੋਚ ਅਤੇ ਸਖਤ ਮਿਹਨਤ ਨੇ GPP ਗਰੁੱਪ ਨੂੰ ਤਰੱਕੀ ਦੀਆਂ ਨਵੀਆਂ ਉਚਾਈਆਂ ਤੇ ਪਹੁੰਚਾਇਆ ਹੈ। ਉਹਨਾਂ ਕੋਲ ਸੇਲਸ, ਮਾਰਕੀਟਿੰਗ, ਬੈਂਕਿੰਗ, ਇੰਸ਼ੋਰੈਂਸ ਅਤੇ ਰੀਅਲ ਅਸਟੇਟ ਸੈਕਟਰ ਵਿੱਚ 12 ਸਾਲ ਦਾ ਲੰਬਾ ਤਜਰਬਾ ਹੈ। ਜਿਸ ਨਾਲ GPP ਗਰੁੱਪ ਹੁਣ ਇੰਡੀਆ ਵਿੱਚ ਕਾਮਯਾਬੀ ਹਾਸਲ ਕਰਨ ਤੋਂ ਬਾਅਦ ਇੰਟਰਨੈਸ਼ਨਲ ਮਾਰਕੀਟ ਵਿੱਚ ਵੀ ਕਦਮ ਰੱਖਣ ਜਾ ਰਿਹਾ ਹੈ। ਸੋ ਗੱਲ ਜਿਵੇਂ ਅਸੀਂ ਕੀਤੀ ਤੁਹਾਡੇ ਡ੍ਰੀਮਸ ਦੀ, ਵਾਕਈ ਹੀ ਅੱਜ ਦੇ ਟਾਈਮ ਦੇ ਵਿੱਚ ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਸੁਪਨਿਆਂ ਦਾ ਘਰ ਬਣਾਉਣਾ ਬਹੁਤ ਹੀ ਔਖਾ ਵੀ ਹੁੰਦਾ ਹੈ ਅਤੇ ਅੱਜ ਦੇ ਟਾਈਮ ਦੇ ਵਿੱਚ ਜ਼ਰੂਰੀ ਵੀ ਬਹੁਤ ਹੈ। ਹਰ ਕਿਸੇ ਨੇ ਕਹਿੰਦੇ ਕਿ ਛੋਟੇ ਹੁੰਦੇ ਤੋਂ ਹੀ ਹਰ ਕੋਈ ਡ੍ਰੀਮ ਦੇਖਣੇ ਸ਼ੁਰੂ ਕਰ ਦਿੰਦਾ ਕਿ ਮੇਰਾ ਘਰ ਇੱਦਾਂ ਦਾ ਹੋਵੇਗਾ, ਮੇਰਾ ਘਰ ਉੱਦਾਂ ਦਾ ਹੋਵੇਗਾ। ਸੋ ਇਸੇ ਦੇ ਲਈ ਅੱਜ ਅਸੀਂ ਜਿਵੇਂ ਕਿ GPP ਗਰੁੱਪ ਦੇ ਪੂਰਾ ਅਸੀਂ ਤੁਹਾਨੂੰ ਪ੍ਰੋਜੈਕਟ ਦਿਖਾ ਰਹੇ ਹਾਂ ਕਿ ਕਿਵੇਂ ਉਹ ਤੁਹਾਡੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਵਿੱਚ ਤੁਹਾਡੀ ਹੈਲਪ ਕਰਦੇ ਨੇ, ਅਤੇ ਹੁਣ ਅੱਜ ਉਹ ਸ਼ਖਸੀਅਤ ਦੇ ਨਾਲ
ਤੁਹਾਨੂੰ ਮਿਲਾਵਾਂਗੇ, ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ, ਜਿਨ੍ਹਾਂ ਨੇ ਤੁਹਾਡੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਵਿੱਚ ਬਹੁਤ ਮਦਦ ਕੀਤੀ ਹੈ। ਕਹਿੰਦੇ ਕਿ ਅਸੀਂ ਸੁਪਨੇ ਦੇਖਦੇ ਹਾਂ, ਪਰ ਜੋ ਉਹਨਾਂ ਸੁਪਨਿਆਂ ਨੂੰ ਪੂਰਾ ਕਰੇ ਉਹਨਾਂ ਦੀ ਵੀ ਬਹੁਤ ਜ਼ਿਆਦਾ ਮਿਹਨਤ ਹੁੰਦੀ ਹੈ। ਸੋ ਜੀ, ਹੁਣ ਮੇਰੇ ਨਾਲ ਨੇ ਸੇਲਸ ਐਂਡ ਮਾਰਕੀਟਿੰਗ ਦੇ ਡਾਇਰੈਕਟਰ GBP ਗਰੁੱਪ ਦੇ ਮਿਸਟਰ ਅਨੁਪਮ ਗੁਪਤਾ ਜੀ। ਸੋ ਸਭ ਤੋਂ ਪਹਿਲਾਂ ਵੈਲਕਮ ਕਰਦੇ ਹਾਂ ਉਹਨਾਂ ਦਾ। ਵੈਲਕਮ ਮਿਸ ਸਰ। ਸੋ ਸਰ, ਜਿਵੇਂ ਮੈਂ ਗੱਲ ਕੀਤੀ, ਵਾਕਈ ਅੱਜ ਦੇ ਟਾਈਮ ਦੇ ਵਿੱਚ ਇੱਕ ਘਰ ਬਣਾਉਣਾ ਹਰ ਕਿਸੇ ਦਾ ਡ੍ਰੀਮ ਹੁੰਦਾ ਹੈ, ਅਤੇ ਔਖਾ ਵੀ ਬਹੁਤ ਹੈ ਅੱਜ ਦੇ ਟਾਈਮ ਦੇ ਵਿੱਚ, ਬਹੁਤ ਜ਼ਿਆਦਾ ਡਿਫੀਕਲਟ ਹੋ ਜਾਂਦਾ। ਸੋ ਜਿਵੇਂ ਕਿ ਸੁਪਨਿਆਂ ਦੇ ਘਰ ਬਣਾਉਣ ਦੇ ਵਿੱਚ ਤੁਸੀਂ ਹੈਲਪ ਕਰਦੇ ਹੋ, ਪਹਿਲਾਂ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹਾਂਗੀ ਕਿ ਇਹ ਤੁਹਾਡਾ ਵੀ ਇੱਕ ਸੁਪਨਾ ਸੀ ਜਾਂ ਫਿਰ ਫੈਮਿਲੀ ਬਿਜ਼ਨਸ ਸੀਗਾ? ਓਬਵੀਅਸਲੀ ਸੁਪਨਾ ਸੀ, ਬਿਕੋਜ਼ ਫੈਮਿਲੀ ਬਿਜ਼ਨਸ ਤਾਂ ਇਹ ਬਾਅਦ 'ਚੋਂ ਬਣਿਆ, ਬਟ ਇੱਕ ਜਿਹੜਾ ਡ੍ਰੀਮ ਸੀਗਾ ਕਿ ਅਸੀਂ ਕਿੱਦਾਂ ਕੰਟਰੀਬਿਊਟ ਕਰ ਸਕਦੇ ਹਾਂ ਇਨ ਦਾ ਅਪਲਿਫਟਮੈਂਟ ਆਫ ਦਾ ਸੁਸਾਇਟੀ ਐਂਡ ਕੰਟਰੀ ਦੇ ਇਨਫਰਾਸਟਰਕਚਰ ਦੇ ਵਿੱਚ। ਅਤੇ ਕਾਫੀ ਤਰ੍ਹਾਂ ਦੇ ਬਿਜ਼ਨਸ ਬੰਦੇ ਦੇ ਮਾਇੰਡ 'ਚ ਆਉਂਦੇ ਆ ਜਿਸ ਟਾਈਮ ਬੰਦਾ ਬਿਜ਼ਨਸ ਸ਼ੁਰੂ ਕਰਨ ਲੱਗਦਾ, ਬਟ ਵਟ ਵੀ ਐਕਸਪਲੋਰਡ ਕਿ ਰੀਅਲ ਸਟੇਟ ਇੱਕ ਇਹੋ ਜਿਹਾ ਬਿਜ਼ਨਸ ਹੈ ਜਿਹੜਾ ਕਿ ਜਿਹਦਾ ਕਿ ਕਦੇ ਦੀ ਐਂਡ ਨਹੀਂ ਹੋ ਸਕਦਾ, ਖਾਸਕਰ ਇੰਡੀਆ ਵਰਗੇ ਕੰਟਰੀ ਦੇ ਵਿੱਚ ਜਿਸ 'ਚ ਪਾਪੂਲੇਸ਼ਨ 133 ਕਰੋੜ ਦੀ ਹੈ ਅਤੇ ਸਿਰਫ 2 ਜਾਂ 3 ਕਰੋੜ ਲੋਕਾਂ ਕੋਲ ਅੱਜ ਦੀ ਡੇਟ 'ਚ ਆਪਣੀ ਪ੍ਰੋਪਰਟੀ ਹੈ, ਅਤੇ 130 ਕਰੋੜ ਜਨਤਾ ਨੇ ਹਲੇ ਰੀਅਲ ਸਟੇਟ 'ਚ ਇਨਵੈਸਟ ਕਰਨਾ। ਸੋ ਇਟ ਇਜ਼ ਏ ਵਨ ਪ੍ਰੋਡਕਟ ਵਿਚ ਇਜ਼ ਨੈਵਰ ਗੋਇੰਗ ਟੂ ਐਂਡ ਐਸ ਫਾਰ ਐਸ ਦਾ ਡਿਮਾਂਡ ਇਜ਼ ਕੰਸਰਨ। ਦੂਸਰੀ ਚੀਜ਼ ਕਿ ਇਹਦੇ ਵਿੱਚ ਮਜ਼ਾ ਬਹੁਤ ਹੈ ਕਿ ਵੱਡੀ ਵੱਡੀ ਬਿਲਡਿੰਗਾਂ ਬਣਾਉਣਾ, ਜਦ ਅਸੀਂ ਬਾਹਰ ਜਾਂਦੇ ਸੀਗੇ ਦੇਖਦੇ ਸੀਗੇ ਕਿ ਯਾਰ 50 ਮੰਜ਼ਲੀ ਬਿਲਡਿੰਗ ਹੈ, 60 ਮੰਜ਼ਲੀ ਬਿਲਡਿੰਗ ਹੈ, ਅੱਛਾ ਮੋਲ ਬਣਿਆ ਹੋਇਆ, ਅੱਛਾ ਹੋਟਲ ਬਣਿਆ ਹੋਇਆ, ਤਾਂ ਕਿਤੇ ਨਾ ਕਿਤੇ ਆ ਕੇ ਫੀਲ ਹੁੰਦਾ ਸੀ ਕਿ ਸਾਡੇ ਦੇਸ਼ 'ਚ ਕਿਉਂ ਨਹੀਂ ਹੈਗਾ। ਅਤੇ ਬਸ ਉਹੀ ਇੱਕ ਮੋਟੀਵੇਸ਼ਨ ਸੀਗੀ ਜਿਹੜੀ ਹੌਲੀ ਹੌਲੀ ਕਰਦੇ ਕਰਦੇ ਇੱਕ ਬਿਜ਼ਨਸ ਦਾ ਰੂਪ ਲੈ ਗਈ ਅਤੇ ਅੱਜ ਇਹ ਚੀਜ਼ਾਂ ਪੋਸੀਬਲ ਹੋ ਪਾ ਰਹੀਆਂ। ਬਿਲਕੁਲ ਬਿਲਕੁਲ, ਜਿਵੇਂ ਕਿ ਅਸੀਂ ਦੇਖਦੇ ਕਿ ਥੋੜ੍ਹੇ ਜਿਹੇ ਟਾਈਮ ਦੇ ਵਿੱਚ ਹੀ ਰੈਵੋਲਿਊਸ਼ਨ ਆਇਆ ਹੈਗਾ ਰੀਅਲ ਅਸਟੇਟ ਦੀ ਮਾਰਕੀਟ ਦੇ ਵਿੱਚ, ਸਾਡੇ ਪੰਜਾਬ ਦੀ ਗੱਲ ਕੀਤੀ ਜਾਵੇ, ਈਵਨ ਪੂਰੇ ਇੰਡੀਆ ਦੀ ਗੱਲ ਕੀਤੀ ਜਾਵੇ, ਹੁਣ ਅਸੀਂ ਵੀ ਕਹਿ ਸਕਦੇ ਕਿ ਜਿਵੇਂ ਅਬਰੋਡ ਦੇ ਵਿੱਚ ਵੱਡੀਆਂ ਵੱਡੀਆਂ ਬਿਲਡਿੰਗਸ ਖੜੀਆਂ ਨੇ, ਸਾਡੇ ਇੱਥੇ ਵੀ ਹੈਗੀਆਂ ਨੇ। ਸੋ ਆਪਾਂ ਤੁਹਾਡੇ ਪ੍ਰੋਜੈਕਟਸ ਬਾਰੇ ਗੱਲਬਾਤ ਕਰਾਂਗੇ, ਪਰ ਪਹਿਲਾਂ ਮੈਂ ਜਿਵੇਂ ਕਿ 1-2 ਕੁਐਸਚਨਸ ਨੇ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹਾਂਗੀ ਕਿ ਜਿਵੇਂ ਹਾਰਡ ਹੁੰਦਾ ਇੱਕ ਘਰ ਲੈਣਾ, ਇੱਕ ਘਰ ਖਰੀਦਣਾ, ਇੱਦਾਂ ਹੀ ਜਿਵੇਂ ਕਿ ਤੁਸੀਂ ਤਾਂ ਇੰਨੇ ਸਾਰੇ ਲੋਕਾਂ ਦੇ ਡ੍ਰੀਮ ਜਿਹੜੇ ਉਹਨਾਂ ਨੂੰ ਪੂਰਾ ਕਰਨ ਜਾ ਰਹੇ ਹੋ, ਤਾਂ ਤੁਹਾਡੇ ਲਈ ਕਿੰਨਾ ਕੁ ਹਾਰਡ ਰਿਹਾ ਸੀ? ਹਾਰਡ ਦੇਖੋ ਕਿ ਕੰਸਿਸਟੈਂਟ ਮਿਹਨਤ ਇਹਦੇ ਵਿੱਚ ਲਗਾਤਾਰ ਕਰਨੀ ਪੈਂਦੀ ਹੈ। ਇਹ ਬਿਜ਼ਨਸ ਇਹੋ ਜਿਹਾ ਨਹੀਂ ਹੈ ਕਿ ਤੁਸੀਂ ਆਟੋ ਮੋਡ 'ਤੇ ਚੱਲਦਾ ਕਿ ਹਾਂ ਇੱਕ ਮੈਨੂਫੈਕਚਰਿੰਗ ਪਲਾਂਟ ਲੱਗ ਗਿਆ ਅਤੇ ਮਸ਼ੀਨਾਂ ਦੇ ਵਿੱਚ ਉਹ ਪੈਕਟਸ ਬਣ ਰਹੇ ਹੈ, ਕੁਰਕਰੇ ਬਣ ਰਿਹਾ, ਸੇਫ ਫੋਰ ਐਗਜ਼ਾਮਪਲ, ਜਾਂ ਕੋਈ ਟੀ ਵੀ ਬਣਦਾ ਪਿਆ। ਇੱਕ ਇਹੋ ਜਿਹਾ ਪ੍ਰੋਡਕਟ ਹੈ ਜਿੱਥੇ ਤੁਹਾਨੂੰ 24 ਘੰਟੇ ਇਨਵੋਲਵ ਰਹਿਣਾ ਪੈਂਦਾ, ਕਿਹੜੀ ਲੈਂਡ ਖਰੀਦਣੀ ਹੈ, ਉਹਦੀ ਲੋਕੇਸ਼ਨ ਕੀ ਹੈ, ਉਹਦਾ ਪ੍ਰਾਈਸ ਕੀ ਹੈ, ਕੱਲ੍ਹ ਨੂੰ ਕਿਸ ਰੇਟ 'ਤੇ ਪ੍ਰੋਡਕਟ ਤਿਆਰ ਹੋਏਗਾ, ਅਤੇ ਫਿਰ ਪ੍ਰੋਡਕਟ ਦੀ ਕੁਆਲਿਟੀ ਕੀ ਹੈ, ਹੈ ਨਾ, ਉਹਦਾ ਪੁਜੈਸ਼ਨ ਕਿੰਨੀ ਦੇਰ ਦੇ ਵਿੱਚ ਆਏਗਾ, ਪੁਜੈਸ਼ਨ ਤੋਂ ਬਾਅਦ ਉਹਦੀ ਪੋਸਟ ਸੇਲਸ ਜਿਹੜੀ ਹੈਗੀ ਸਰਵਿਸ ਕੀ ਹੈ। ਤੋ ਮੈਂ ਮੰਨ ਕੇ ਚੱਲਦਾ ਕਿ ਰੀਅਲ ਸਟੇਟ ਇੱਕ ਇਹੋ ਜਿਹਾ ਬਿਜ਼ਨਸ ਹੈ ਜਿਹੜਾ ਤੁਹਾਨੂੰ ਕਦੇ ਸੁਣ ਨਹੀਂ ਦੇਵੇਗਾ, ਅਤੇ ਅਸੀਂ ਇਹਦੇ ਵਾਸਤੇ ਤਿਆਰ ਹੈ, ਬਿਕੋਜ਼ ਤੁਹਾਡਾ ਜਿਹੜਾ ਪੈਸ਼ਨ ਹੁੰਦਾ ਉਹਨੂੰ ਤੁਸੀਂ ਇੰਜੋਏ ਕਰਦੇ ਹੋ, ਚਾਹੇ ਉਹ ਜਿੰਨੇ ਮਰਜ਼ੀ ਘੰਟੇ ਤੁਹਾਡੀ ਜ਼ਿੰਦਗੀ ਦੇ ਲਵੇ। ਅਤੇ ਦੈਟ ਆਈ ਥਿੰਕ ਇਸ ਬਿਜ਼ਨਸ ਦੀ ਇੱਕ ਡਿਫਰੈਂਟ ਬਿਊਟੀ ਵੀ ਹੈਗੀ ਹੈ ਅਤੇ ਚੈਲੰਜਸ ਵੀ ਹੈਗੇ। ਬਿਲਕੁਲ, ਕਿਉਂਕਿ ਇੱਕ ਜਦੋਂ ਵੈਂਚਰ ਇੱਕ ਆਪਾਂ ਰੈਡੀ ਕਰਦੇ ਹਾਂ ਉਹ ਵੀ ਐਡਾ ਵੱਡਾ, ਅਤੇ ਉਹਦੇ ਪਿੱਛੇ ਬਹੁਤ ਸਾਰੀ ਮਿਹਨਤ ਵੀ ਲੱਗੀ ਹੁੰਦੀ ਆ। ਸੋ ਵੀ ਕੈਨ ਸੀ, ਦੇਖ ਸਕਦੇ ਹਾਂ ਤੁਹਾਡੀਆਂ ਗੱਲਾਂ ਤੋਂ ਵੀ ਹੁਣ ਇਹੀ ਸਾਰਾ ਕੁਝ ਆਪਾਂ ਜਾਣਾਂਗੇ। ਸੋ ਤੁਸੀਂ ਵੀ ਪਹਿਲਾਂ ਗੱਲ ਕੀਤੀ ਕਿ ਤੁਸੀਂ ਦੇਖਦੇ ਸੀ ਕਿ ਅਬਰੋਡ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਬਿਲਡਿੰਗ ਸੀਗੀਆਂ, ਆਪਣੇ ਇੰਡੀਆ ਦੇ ਵਿੱਚ ਬਹੁਤ ਘੱਟ ਸੀ, ਪਰ ਹੁਣ ਥੋੜ੍ਹੇ ਜਿਹੇ ਟਾਈਮ ਤੋਂ ਬਹੁਤ ਜ਼ਿਆਦਾ ਰੈਵੋਲਿਊਸ਼ਨ ਆ ਰਿਹਾ। ਸੋ ਅਕੋਰਡਿੰਗ ਟੂ ਯੂ, ਮੈਂ ਪੁੱਛਣਾ ਚਾਹਾਂਗੀ ਕਿ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਹ ਸਾਰਾ ਰੀਅਲ ਅਸਟੇਟ ਦੀ ਇਸ ਟਾਈਮ ਦੀ ਮਾਰਕੀਟ, ਜੋ ਪੂਰੇ ਇੰਡੀਆ ਦੀ ਗੱਲ ਕੀਤੀ ਜਾਵੇ, ਕਿਸ ਤਰ੍ਹਾਂ ਦਾ ਚੱਲ ਰਿਹਾ? ਦੇਖੋ, ਇੰਡੀਆ ਦੇ ਵਿੱਚ ਜਿਹੜਾ ਰੀਅਲ ਅਸਟੇਟ ਦੀ ਮਾਰਕੀਟ ਹੈਗੀ ਹੈ, ਅੱਜ ਆਪਾਂ 2019 'ਚ ਬੈਠੇ ਹਾਂ ਅਤੇ ਦੇਸ਼ ਵੀ 2018 ਸਾਲ ਪੁਰਾਣਾ ਹੈਗਾ, ਬਟ ਇੰਡੀਪੈਂਡੈਂਸ ਤੋਂ ਬਾਅਦ 70-72 ਸਾਲ ਹੋਏ ਹੈ। ਪਰ ਜਿਹੜੀ ਜ਼ਿਆਦਾ ਮੇਜਰ ਚੇਂਜ ਕੰਟਰੀ ਦੇ ਵਿੱਚ ਆਈ ਹੈ ਲਾਈਫ ਸਟਾਈਲ ਦੇ ਵਿੱਚ, ਜ਼ਰੂਰਤਾਂ ਦੇ ਵਿੱਚ, ਉਹ ਜਦ ਦੀ ਕੇਬਲ ਟੀ ਵੀ ਆਇਆ ਸੀਗਾ ਜਾਂ ਗਲੋਬਲਾਈਜੇਸ਼ਨ ਦਾ ਇੰਪੈਕਟ ਆਉਣਾ ਸ਼ੁਰੂ ਹੋਇਆ ਹੈ ਕਿ ਲੋਕਾਂ ਨੂੰ ਐਕਸਪੋਜ਼ਰ ਮਿਲ ਗਿਆ ਇੰਟਰਨੈਟ ਦੇ ਆਉਣ ਤੋਂ ਬਾਅਦ, ਹੈ ਨਾ, ਐਂਡ ਏਅਰ ਟਰੈਵਲ ਸਸਤੀ ਹੋ ਗਈ, ਲੋਕਾਂ ਕੋਲ ਥੋੜ੍ਹਾ ਪੈਸਾ ਆਇਆ, ਬਾਹਰ ਜਾਣ ਲੱਗ ਗਏ। ਉਸ ਤੋਂ ਬਾਅਦ ਇਹਦੇ ਵਿੱਚ ਰੈਗੂਲੇਸ਼ਨ ਬੜਾ ਫਾਸਟ ਆਇਆ। ਸੋ ਹੁਣ ਜਿੱਦਾਂ ਦੇ ਹੋਸਪਿਟਲ ਬਣ ਰਹੇ ਹੈ, ਦੇ ਆਰ ਐਸ ਪਾਰ ਦਾ ਵਰਲਡ ਸਟੈਂਡਰਡਸ, ਹੈ ਨਾ, ਸੇਮ ਜਿਵੇਂ ਅੱਜ ਦੇ ਸਕੂਲ ਹੈ, ਸੈਂਟਰਲਾਈਜ਼ ਏ ਸੀ ਬਿਲਡਿੰਗ ਹੈ ਸਕੂਲਸ ਦੇ ਵਿੱਚ, ਬੱਚੇ ਨੂੰ ਹਰ ਫੈਸਿਲਿਟੀ ਅੰਦਰ ਮਿਲ ਰਹੀ ਹੈ, ਬੋਰਡਿੰਗ ਤੋਂ ਲੈ ਕੇ ਖਾਣ ਪੀਣ ਤੋਂ ਲੈ ਕੇ, ਅਤੇ ਅੱਛੇ ਤੋਂ ਅੱਛਾ ਕਰੀਕੁਲਮ ਉਹਨੂੰ ਜਿਹੜਾ ਉਰੇ ਇੰਟਰਨੈਸ਼ਨਲ ਲੈਵਲ ਦਾ ਅਵੇਲੇਬਲ ਹੈਗਾ। ਸੇਮ ਅੱਜ ਸਾਡੇ ਏਅਰਪੋਰਟਸ ਹੋ ਗਏ, ਹੈ ਨਾ, ਤਾਂ ਇਨਫਰਾਸਟਰਕਚਰ ਜਿਹੜਾ ਇੰਡੀਆ ਦੇ ਵਿੱਚ ਹੈਗਾ ਉਹ ਇਸ ਟਾਈਮ ਡਿਵੈਲਪਿੰਗ ਸਟੇਜ 'ਤੇ ਹੈਗਾ। ਮੈਂ ਮੰਨ ਕੇ ਚੱਲਦਾ ਕਿ ਇੰਡੀਆ ਦੇ ਵਿੱਚ 20-25 ਸਾਲ 30 ਸਾਲ ਦੇ ਵਿੱਚ ਜਿਹੜੀ ਹੈਗੀ ਹੈ ਇਸ ਇੰਡਸਟਰੀ ਦੀ ਏਜ ਹੈਗੀ ਹੈ। ਜਦ ਕਿ ਅਗਰ ਆਪਾਂ ਅਮੈਰੀਕਾ ਦੀ ਗੱਲ ਕਰੀਏ, ਹੈ ਨਾ, ਮਤਲਬ ਅਮੈਰੀਕਾ 'ਚ 200 ਸਾਲ ਹੋ ਗਏ ਉਹਨਾਂ ਨੂੰ ਇਨਫਰਾਸਟਰਕਚਰ 'ਤੇ ਕੰਮ ਕਰਦੇ ਹੋਏ। ਸੇਮ ਇੰਗਲੈਂਡ ਦੇ ਵਿੱਚ ਗੱਲ ਕਰੀਏ, ਜਿਹਨੇ ਸਾਰੀ ਦੁਨੀਆ 'ਤੇ ਰਾਜ ਕੀਤਾ, ਅਤੇ ਕਿੰਨੇ 100-200 ਸਾਲ ਤੋਂ ਜ਼ਿਆਦਾ ਪੀਰੀਅਡ ਹੋ ਚੁੱਕਿਆ ਜਦੋਂ ਕਦੇ ਮੈਟਰੋ ਬਣਾ ਰਹੇ ਹੈ, ਕਦੇ ਉਹ
इस देश दे विच आने वाले 100 सालों दे विच जिहड़ा हैगा जिहड़ा लगातार जिहड़ी तेजी हैगी रियल स्टेट दी वो चलती रहेगी, एक रेवोल्यूशन चलती रहेगी। बट अगले 10 to 20 साल दे विच ही इन्ना क मेजर चेंज आ जाएगा कि सानू बाहर दा ते इंडिया दा डिफरेंस जिहड़ा महसूस होना बंद हो जाएगा, क्योंकि जो अज असी देख रहे हैं चंडीगढ़ दे विच, मुंबई दे विच, दिल्ली दे विच, बैंगलोर च, हैदराबाद च, लखनऊ च, पटना च, जिन्ने भी वड्डे शहर ने उन्हां च बड़ा ही मैसिव डिवेलपमेंट चल रहा है। लोग अर्बनाइजेशन हो रही है, रूरल एरियाज़ तो अर्बन एरियाज़ दे विच मूव कर रहे हैं रहन वास्ते, इंप्लॉयमेंट वास्ते, मेडिकल वास्ते, एजुकेशन वास्ते। सो बाय डिफॉल्ट उन्होंने ग्रुप हाउसिंग भी चाहिए है, उन्होंने बड़े बड़े मॉल्स भी चाहिए हैं, उन्होंने जोड़ा है अच्छे होस्पिटल स्कूल्स भी चाहिए हैं। तो इंडिया दे विच व्हाट आई फील अगले 10 साल 20 साल बहुत क्रूशियल ने, क्योंकि उस तो बाद तुहानू दुबई दे विच जाके कोई एक्सट्रा फीलिंग नहीं आएगी या सिंगापुर च एक्सट्रा फीलिंग नहीं आएगी। इंडिया दे विच तुहानू स्मार्ट सिटीज़ बन रहे हैं अमरावती वर्गे, जिहड़े कि तेलंगाना च बन रहे हैं, होर बन रहे, तो ऑटोमैटिकली साडा भी कॉन्ट्रीब्यूशन रहेगा। बिकॉज वट वी फील सीइंग द एज ग्रुप एंड द प्रोफाइल कि 20 to 30 साल असी अच्छा एक्टिव रोल प्ले कर सकते हैं। बिल्कुल बिल्कुल, सो वी कैन से कि थोड़ी देर बाद इंडिया भी पूरा इंटरनेशनल लेवल ते बाकी कंट्रीज दे नाल मैच हो जाएगा, तो उहदे विच तुहाडी बहुत ज़्यादा हेल्प रहेगी। सो जिवें कि तुसीं की देखते हो कि आज दे टाइम असीं भी देखते हैं कि चंडीगढ़ पंजाब ही देखते देखते वो वाले एरियाज जिहदा कुछ किसी नूं पता नहीं सी, अज वो इन्ने डिवेलप हो चुके ने कि लोग उठ उठ के उत्थे असीं घर खरीदना पसंद करते हैं। सो तुसीं कि इस टाइम की जिवें असीं पंजाब की रियल एस्टेट ਦੀ ਗੱਲ ਕੀਤੀ ਜਾਵੇ ਤਾਂ ਤੁਹਾਨੂੰ ਕੀ ਲੱਗਦਾ ਕਿ ਕਿੰਨੀ ਕੁ ਡਿਵੈਲਪ ਹੋ ਗਈ ਅੱਗੇ ਨਾਲੋਂ? ਦੇਖੋ ਜਿਹੜਾ ਸਭ ਤੋਂ ਵੱਡੀ ਡਿਵੈਲਪਮੈਂਟ ਦਾ ਫੇਸ ਕੀ ਹੁੰਦਾ ਉਹ ਅਨਡਿਵੈਲਪਡ ਏਰੀਆ ਅਤੇ ਡਿਵੈਲਪਡ ਏਰੀਆ ਦਾ ਗੈਪ ਜਿਹੜਾ ਹੈਗਾ, ਜਾਂ ਆਪਾਂ ਅੱਜ ਗਲੋਬਲ ਇਕਨੋਮੀ ਦੀ ਗੱਲ ਕਰੀਏ ਤਾਂ ਜਿਹੜੇ ਅੰਡਰ ਡਿਵੈਲਪਡ ਕੰਟਰੀ ਸੀਗੇ ਉਹਨਾਂ ਦੀ ਗਰੋਥ ਰੇਟ ਜ਼ਿਆਦਾ ਹੈਗੀ ਹੈ, ਡਿਵੈਲਪਡ ਕੰਟਰੀਜ਼ ਦੀ ਘੱਟ ਹੈਗੀ ਹੈ। ਵਾਟ ਇਜ਼ ਹੈਪਨਿੰਗ ਕਿ ਵਿਦ ਦਾ ਪੈਸੇਜ ਆਫ ਟਾਈਮ ਉਹਨਾਂ ਦਾ ਗੈਪ ਘੱਟਦਾ ਜਾਏਗਾ ਆਪਸ ਦੇ ਵਿੱਚ, ਜਿਵੇਂ ਇੰਡੀਆ ਦੀ ਜੀ ਡੀ ਪੀ ਜਿਹੜੀ ਅੱਜ 2.9 trillion ਦੇ ਆਸ ਪਾਸ ਹੈਗੀ ਹੈ, 2030, 2040, 2050 ਦੇ ਵਿੱਚ ਐਕਸਪੈਕਟਿਡ ਹੈ ਕਿ 25 trillion ਦੇ ਆਸ ਪਾਸ ਟੱਚ ਕਰ ਜਾਏਗੀ, ਜਦਕਿ ਯੂ ਐੱਸ ਜਿਹੜਾ ਅੱਜ 20 trillion 'ਤੇ ਹੈਗਾ ਉਹ ਬੇਸਿਕਲੀ ਵਿਲ ਬੀ ਜਸਟ 34 trillion। ਤੋ ਆਟੋਮੈਟਿਕਲੀ ਗੈਪ ਜਿਹੜਾ ਹੈਗਾ ਇੱਕ ਡਿਵੈਲਪਡ ਕੰਟਰੀ ਦਾ ਅਤੇ ਅੰਡਰ ਡਿਵੈਲਪਡ ਕੰਟਰੀ ਦਾ ਘੱਟਦਾ। ਸੇਮ ਇੰਡੀਆ ਦਾ ਕੰਸੈਪਟ ਹੈ ਕਿ ਜਿਹੜਾ ਪਹਿਲਾਂ ਤੁਹਾਡਾ ਟੈਂਪਰੇਚਰ ਆਉਂਦਾ ਸੀ ਟੀ ਵੀ ਦੇ ਉੱਪਰ ਉਹ ਮੈਟਰੋ ਸਿਟੀ ਦਾ ਆਉਂਦਾ ਸੀਗਾ, ਜਦ ਅਸੀਂ ਛੋਟੇ ਹੁੰਦੇ ਸੀ ਕਿ ਦਿੱਲੀ 'ਚ ਇਹ ਟੈਂਪਰੇਚਰ ਹੈ, ਮੁੰਬਈ 'ਚ ਹੈ, ਚੇਨਈ 'ਚ ਹੈ, ਕਲਕੱਤਾ 'ਚ ਹੈ। ਹੁਣ ਟੀ ਵੀ ਦੇ ਉੱਪਰ 28 to 30 ਸ਼ਹਿਰਾਂ ਦਾ, ਰੈਦਰ 100 ਸ਼ਹਿਰਾਂ ਦਾ ਟੈਂਪਰੇਚਰ ਆਉਂਦਾ ਹੈ ਨਾ। ਬਿਕੋਜ਼ ਕੰਟਰੀ ਦੀ ਡਿਵੈਲਪਮੈਂਟ ਕੀ ਹੈ ਕਿ ਉਹ ਸਾਰੇ ਜਿਹੜੇ ਸਿਟੀ ਜਿਹੜੇ ਸਟੇਟ ਕੈਪੀਟਲ ਸੀਗੇ ਉਹ ਨੈਕਸਟ ਮੈਟਰੋ ਨੇ, ਦੇ ਆਰ ਟੇਕਿੰਗ ਦਾ ਲੋਡ ਆਫ ਆਪਣੇ ਆਸ ਪਾਸ ਦਾ 100-200 ਕਿਲੋਮੀਟਰ ਦਾ ਦਾਇਰਾ ਉਹ ਕਵਰ ਕਰ ਰਹੇ ਹੈ ਫੋਰ ਐਜੂਕੇਸ਼ਨ, ਮੈਡੀਕਲ, ਇੰਪਲਾਇਮੈਂਟ ਐਂਡ ਲਾਈਫ ਸਟਾਈਲ ਨੀਡਸ। ਸੋ ਜਿਹੜਾ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਚੰਡੀਗੜ੍ਹ ਇੱਕ ਸੈਂਟਰ ਪੁਆਇੰਟ ਹੈਗਾ। ਚੰਡੀਗੜ੍ਹ ਦੇ ਕੋਲ ਐਡਵਾਂਟੇਜ ਕੀ ਹੈ ਕਿ ਪੰਜਾਬ, ਹਰਿਆਣਾ, ਹਿਮਾਚਲ ਅਤੇ ਜੇ ਐਂਡ ਕੇ ਇਹ ਤਿੰਨੋਂ ਚਾਰੋਂ ਸਟੇਟ 4-5 ਘੰਟੇ ਦੇ ਰਨ ਦੇ ਵਿੱਚ ਖਤਮ ਹੋ ਜਾਂਦੀਆਂ। ਤਾਂ ਉਹਦੇ ਨਾਲ ਕੀ ਹੈ ਕਿ ਸੈਂਟਰ ਪੁਆਇੰਟ ਹੋਣ ਦੀ ਵਜ੍ਹਾ ਨਾਲ, ਸਟੇਟ ਕੈਪੀਟਲ ਹੋਣ ਦੀ ਵਜ੍ਹਾ ਨਾਲ ਉਰੇ ਜਿਹੜਾ ਹੈਗਾ ਇਨਫਰਾਸਟਰਕਚਰ ਜ਼ਿਆਦਾ ਫਾਸਟ ਡਿਵੈਲਪ ਹੋ ਰਿਹਾ, ਕਿਉਂਕਿ ਮੈਨਪਾਵਰ ਮਿਲ ਜਾਂਦੀ ਹੈ, ਅੱਛੀ ਯੂਨੀਵਰਸਿਟੀਜ਼ ਆਲਰੇਡੀ ਸ਼ੁਰੂ ਤੋਂ ਚੰਡੀਗੜ੍ਹ 'ਚ ਰਹੀਆਂ, ਅੱਛੇ ਹੋਸਪਿਟਲ ਸ਼ੁਰੂ ਤੋਂ ਚੰਡੀਗੜ੍ਹ 'ਚ ਰਹੇ ਹੈ, ਤਾਂ ਮੈਡੀਕਲ, ਐਜੂਕੇਸ਼ਨ ਅਤੇ ਇੰਪਲਾਇਮੈਂਟ ਅਤੇ ਨਾਲ ਹੁਣ ਆਈ ਟੀ ਇੰਡਸਟਰੀ ਜਿਹੜੀ ਕਿ ਇੰਡੀਆ ਦੀ ਸਭ ਤੋਂ ਵੱਡੀ ਤਾਕਤ ਹੈ ਆਉਣ ਵਾਲੇ ਟਾਈਮ ਦੇ ਵਿੱਚ ਵੀ, ਅਤੇ ਉਹ ਬੈਂਗਲੋਰ, ਹੈਦਰਾਬਾਦ, ਪੁਣੇ ਜਿਵੇਂ ਡਿਵੈਲਪ ਹੋਏ ਹੈ, ਐਵੇਂ ਹੀ ਹੁਣ ਜਿਹੜਾ ਚੰਡੀਗੜ੍ਹ ਦਾ ਰੀਜਨ ਹੈਗਾ, ਚੰਡੀਗੜ੍ਹ ਬਾਏ ਹੇਅਰ ਆਈ ਮੀਨ ਨੋਟ ਓਨਲੀ ਚੰਡੀਗੜ੍ਹ ਲੋਕਲ, ਇਹਦੇ 'ਚ ਚੰਡੀਗੜ੍ਹ, ਮੋਹਾਲੀ, ਪੰਚਕੂਲਾ, ਜੀਰਕਪੁਰ, ਡੇਰਾਵਸੀ, ਖਰੜ, ਇਹ ਸਾਰੀ ਜਿਹੜੀ ਬੈਲਟ ਨੂੰ ਚੰਡੀਗੜ੍ਹ ਰੀਜਨ ਕਿਹਾ ਜਾਂਦਾ। ਤਾਂ ਹੁਣ ਜਿਹੜੀ ਨਵੀਂ ਆਈ ਟੀ ਇੰਡਸਟਰੀ ਹੈ ਉਹ ਸਾਰੀ ਇਸ ਰੀਜਨ ਦੇ ਵਿੱਚ ਆ ਰਹੀ ਹੈ। ਸੋ ਆਟੋਮੈਟਿਕਲੀ ਰੀਅਲ ਸਟੇਟ ਦਾ, ਜਿੱਥੇ ਤੱਕ ਪ੍ਰਾਈਸ ਦੀ ਗੱਲ ਕਰੀਏ, ਜਿੱਥੇ ਮੂਵਮੈਂਟ ਹੋਏਗੀ, ਜਿੱਥੇ ਮਾਈਗ੍ਰੇਸ਼ਨ ਹੋਏਗੀ, ਜਿੱਥੇ ਲੋਕ ਆਉਣਗੇ, ਜਿੱਥੇ ਇੰਡਸਟਰੀ ਆਏਗੀ, ਜਿੱਥੇ ਏਅਰਪੋਰਟ ਆਏਗਾ, ਜਿਵੇਂ ਹੁਣ ਚੰਡੀਗੜ੍ਹ ਦੇ ਵਿੱਚ ਇੰਟਰਨੈਸ਼ਨਲ ਏਅਰਪੋਰਟ ਆ ਗਿਆ, ਉਹ ਚੰਡੀਗੜ੍ਹ 'ਚ ਘੱਟ, ਮੋਹਾਲੀ 'ਚ ਜ਼ਿਆਦਾ ਆਇਆ, ਬਿਕੋਜ਼ ਉਹ ਪੰਜਾਬ 'ਚ ਬਣਿਆ, ਕਿਉਂਕਿ ਲੈਂਡ ਨਹੀਂ ਹੈਗੀ, ਚੰਡੀਗੜ੍ਹ ਲੈਂਡ ਲੋਕ ਸਿਟੀ ਹੈ। ਤਾਂ ਚੰਡੀਗੜ੍ਹ ਸਰਾਊਂਡਿੰਗ ਦੇ ਵਿੱਚ ਹੀ ਸਾਰੀ ਡਿਵੈਲਪਮੈਂਟ ਹੋ ਰਹੀ ਹੈ ਜਿਹੜੀ ਕਿ ਪੰਜਾਬ 'ਚ ਹੋ ਰਹੀ ਹੈ ਇਨਡਾਇਰੈਕਟਲੀ, ਚਾਹੇ ਉਹ ਐਰੋ ਸਿਟੀ ਸੀਗਾ, ਚਾਹੇ ਉਹ ਨਿਊ ਚੰਡੀਗੜ੍ਹ ਆਇਆ। ਤਾਂ ਆਟੋਮੈਟਿਕਲੀ ਹੋ ਕੀ ਰਿਹਾ ਕਿ ਇਸ ਸ਼ਹਿਰ ਦੇ ਵਿੱਚ ਕਾਫੀ ਜ਼ਿਆਦਾ ਲੋਕ, ਪੰਜਾਬ, ਹਰਿਆਣਾ, ਹਿਮਾਚਲ, ਜੇ ਐਂਡ ਕੇ ਤੋਂ ਪੜ੍ਹੇ ਲਿਖੇ ਲੋਕ ਜਿਹੜੇ ਹੈਗੇ ਹੈ, ਪਲੱਸ ਜਿਹੜੇ ਅੱਛੇ ਬਿਜ਼ਨਸਮੈਨ ਹੈ, ਉਹ ਮਾਈਗ੍ਰੇਟ ਕਰ ਰਹੇ ਨੇ। ਐਂਡ ਬਿਊਰੋਕ੍ਰੇਸੀ ਵੀ ਇਸੀ ਸਿਟੀ ਦੇ ਵਿੱਚ ਹੈਗੀ ਹੈ, ਐਡਮਿਨਿਸਟ੍ਰੇਸ਼ਨ ਵੀ ਸਾਰੀ ਇਸੀ ਸਿਟੀ ਦੇ ਵਿੱਚ ਹੈਗੀ ਹੈ, ਅਤੇ ਬੜਾ ਫੇਮਸ ਵੀ ਹੈਗਾ। ਤਾਂ ਆਉਣ ਵਾਲੇ ਟਾਈਮ 'ਚ ਤੇ ਜਿਹੜੇ ਪ੍ਰੋਪਰਟੀ ਦੇ ਪ੍ਰਾਈਜ਼ ਹੈਗੇ ਹੈ, ਰੀਅਲ ਸਟੇਟ ਦੇ ਜਿਹੜੇ ਪ੍ਰਾਈਜ਼ ਹੈਗੇ, ਉਹ ਕਾਫੀ ਜ਼ਿਆਦਾ ਅਪਵਰਡ ਟ੍ਰੈਂਡ ਦੇਖਣਗੇ। ਆਲਰੇਡੀ ਦੇਖ ਰਹੇ ਨੇ, ਅਸੀਂ ਇਸੀ ਸ਼ਹਿਰ ਦੇ ਵਿੱਚ ਇੰਨੇ ਸਾਲਾਂ ਤੋਂ ਦੇਖਦੇ ਆ ਰਹੇ ਹਾਂ ਕਿ ਪਿਛਲੇ 10 ਸਾਲਾਂ ਦੇ ਵਿੱਚ ਜੋ ਸਾਈਜ਼ ਸ਼ਹਿਰ ਦਾ, ਜਿੰਨਾ ਸਾਈਜ਼ ਸੀਗਾ, ਇਫ ਯੂ ਟੋਕ ਅਬਾਊਟ ਚੰਡੀਗੜ੍ਹ, ਮੋਹਾਲੀ, ਪੰਚਕੂਲਾ, ਉਹ 20 ਕਿਲੋਮੀਟਰ ਦੇ ਵਿੱਚ, 20x20 ਕਿਲੋਮੀਟਰ 'ਚ ਖਤਮ ਹੋ ਜਾਂਦਾ ਸੀ। ਮਤਲਬ 400 ਸਕੁਅਰ ਕਿਲੋਮੀਟਰ ਦਾ ਸਿਟੀ ਸੀਗਾ, ਜਿਹੜਾ ਕਿ ਅੱਜ ਖਰੜ, ਜੀਰਕਪੁਰ, ਡੇਰਾਵਸੀ, ਮੁੱਲਾਂਪੁਰ ਦੇ, ਨਿਊ ਚੰਡੀਗੜ੍ਹ ਦੇ ਨਾਲ ਐਡ ਹੋਣ ਨਾਲ 40x40 ਕਿਲੋਮੀਟਰ ਦਾ ਹੋ ਗਿਆ। ਤਾਂ 1600 ਸਕੁਅਰ ਕਿਲੋਮੀਟਰ ਦਾ ਸਾਈਜ਼ ਹੋ ਗਿਆ 10 ਸਾਲਾਂ ਦੇ ਵਿੱਚ, 4 ਗੁਣਾ ਸ਼ਹਿਰ ਵੱਡਾ ਹੋ ਗਿਆ, ਅਤੇ ਪੋਪੂਲੇਸ਼ਨ
ਜਿਹੜੀ 12 ਲੱਖ 14 ਲੱਖ ਸੀ ਉਹ ਅੱਜ 27 ਲੱਖ 'ਤੇ ਅਤੇ ਹੁਣ ਆਉਣ ਵਾਲੇ ਟਾਈਮ 'ਚ 45 ਲੱਖ 'ਤੇ ਹੋਏਗੀ। ਇਸ ਕਰਕੇ ਬਾਈ ਡਿਫਾਲਟ ਉਹ ਰੀਅਲ ਸਟੇਟ ਦੇ ਜਿਹੜੇ ਪ੍ਰਾਈਜ਼ ਹੈਗੇ ਆ ਉਹ ਡਰਾਈਵ ਹੋਣਗੇ। ਪੰਜਾਬ ਦੇ ਬਾਕੀ ਸ਼ਹਿਰਾਂ ਦੀ ਗੱਲ ਕਰੀਏ, ਅਗਰ ਆਪਾਂ ਮੋਗਾ ਦੀ ਗੱਲ ਕਰੀਏ, ਗੁਰਦਾਸਪੁਰ ਦੀ ਕਰੀਏ, ਪਠਾਨਕੋਟ ਦੀ ਕਰੀਏ, ਬਠਿੰਡਾ ਦੀ ਕਰੀਏ, ਉੱਥੇ ਵੀ ਰੀਅਲ ਸਟੇਟ ਦੇ ਪ੍ਰਾਈਜ਼ ਵਧੇ ਨੇ, ਬਟ ਉੱਥੇ ਕੰਪੇਰੇਟਿਵਲੀ ਘੱਟ ਵਧਣਗੇ ਕਿਉਂਕਿ ਉੱਥੇ ਕੋਈ ਇਹੋ ਜਿਹਾ ਸਪੈਸੀਫਿਕ ਬੜਾ ਇਨੀਸ਼ੀਏਟਿਵ ਨਹੀਂ ਆ ਰਿਹਾ ਕਿ ਉੱਥੇ ਕੋਈ ਏਅਰਪੋਰਟ ਆ ਰਿਹਾ ਹੈ, ਕੋਈ ਉੱਥੇ ਆਈ ਟੀ ਇੰਡਸਟਰੀ ਆ ਜਾਏਗੀ ਜਾਂ ਉੱਥੇ ਕੋਈ ਮੈਡੀਕਲ ਟੂਰਿਜ਼ਮ ਆ ਜਾਏਗਾ, ਹੈ ਨਾ, ਕਾਇੰਡ ਆਫ। ਸੋ ਆਟੋਮੈਟਿਕਲੀ ਉੱਥੇ ਦਾ ਪੈਸਾ ਵੀ ਜਿਹੜਾ ਹੈਗਾ ਘੁੰਮ ਫਿਰ ਕੇ ਚੰਡੀਗੜ੍ਹ ਦੇ ਕੰਨੀ ਡਾਇਵਰਟ ਹੋ ਰਿਹਾ। ਸੋ ਦੈਟ ਇਜ਼ ਦ ਐਡਵਾਂਟੇਜ ਆਫ ਦਿਸ ਪਰਟੀਕੁਲਰ ਰੀਜਨ। ਬਿਲਕੁਲ, ਅਸੀਂ ਦੇਖ ਸਕਦੇ ਕਿ ਹਰਿਆਣਾ ਹੋ ਗਿਆ, ਉੱਧਰੋਂ ਪੰਜਾਬ ਹੋ ਗਿਆ, ਹਰ ਕੋਈ ਇਨਸਾਨ ਹੁਣ ਚੰਡੀਗੜ੍ਹ ਦੇ ਵਿੱਚ ਮੂਵ ਹੋਣਾ ਚਾਹੁੰਦਾ ਹੈ ਨਾ, ਅਤੇ ਇਸੇ ਦੇ ਲਈ ਜੀ ਬੀ ਪੀ ਗਰੁੱਪ ਦੀ ਆਪਾਂ ਗੱਲ ਕਰਦੇ ਹਾਂ ਕਿ ਹਰਿਆਣਾ ਤੋਂ ਐਂਟਰ ਕਰੋ ਤਾਂ ਜੀ ਬੀ ਪੀ ਦੇ ਹੋਰਡਿੰਗ ਲੱਗੇ ਹੁੰਦੇ ਨੇ, ਉੱਧਰੋਂ ਪੰਜਾਬ ਤੋਂ ਐਂਟਰ ਕਰੋ ਤਾਂ ਖਰੜ ਵਾਲੀ ਸਾਈਡ 'ਤੇ ਲੱਗੇ ਹੁੰਦੇ ਨੇ, ਨਿਊ ਚੰਡੀਗੜ੍ਹ ਦੇ ਵਿੱਚ ਹਰ ਜਗ੍ਹਾ 'ਤੇ ਪ੍ਰੋਜੈਕਟ ਹੈਗੇ ਨੇ। ਸੋ ਥੋੜ੍ਹਾ ਜਿਹਾ ਦੱਸੋ ਕਿ ਕਿੱਥੇ ਕਿੱਥੇ ਪ੍ਰੋਜੈਕਟ ਨੇ, ਕਿੰਨੇ ਪ੍ਰੋਜੈਕਟ ਨੇ? ਦੇਖੋ, ਹਰ ਕੰਪਨੀ ਦੀ ਇੱਕ ਫਿਲੋਸਫੀ ਹੁੰਦੀ ਹੈ, ਇੱਕ ਵਿਜ਼ਨ ਹੁੰਦੀ ਹੈ। ਜਿਹੜੀ ਸਾਡੀ ਵਿਜ਼ਨ ਸੀਗੀ, ਸਾਡੀ ਵਿਜ਼ਨ ਜਿਹੜਾ ਫੋਕਸ ਸੀਗਾ ਉਹ ਮਾਰਜਨਸ 'ਤੇ ਨਹੀਂ ਹੈ, ਹੈ ਨਾ। ਹਰ ਬਿਜ਼ਨਸ ਦਾ ਜਦਕਿ ਅੰਡਰਲਾਈਨ ਪ੍ਰਿੰਸੀਪਲ ਹੁੰਦਾ ਹੈ ਪੈਸਾ, ਕਿ ਪ੍ਰੋਫਿਟ ਕਿੰਨਾ ਆਏਗਾ, ਕਿੱਥੇ ਲੋਕੇਸ਼ਨ 'ਤੇ ਪ੍ਰੋਜੈਕਟ ਕਰੀਏ। ਸਾਡਾ ਜਿਹੜਾ ਅੰਡਰਲਾਈਨਿੰਗ ਜਿਹੜਾ ਉਹ ਸੀਗਾ ਥੋਟ ਪ੍ਰੋਸੈਸ, ਉਹ ਸੀਗਾ ਫਸਟ ਟੂ ਮੇਕ ਇਟ ਦ ਸੁਪਰ ਮਾਰਕੀਟ ਆਫ ਰੀਅਲ ਸਟੇਟ। ਜਿਵੇਂ ਅੱਜ ਆਪਾਂ ਬਾਹਰ ਵੀ ਜਾਂਦੇ ਹਾਂ ਨਾ, ਤਾਂ ਉੱਥੇ 24x7 ਜਾਂ 7-11 ਜਾਂ ਬੇਸਿਕਲੀ ਡੀ ਮਾਰਟ, ਮੈਟਰੋ, ਬੈਸਟ ਪ੍ਰਾਈਸ, ਵਾਲਮਾਰਟ ਵਰਗੇ ਕੰਸੈਪਟ ਹੈ। ਤੁਸੀਂ ਇੱਕ ਜਗ੍ਹਾ 'ਤੇ ਜਾਓ, ਸਾਰੇ ਘਰ ਦੀ ਗਰੋਸਰੀ ਖਰੀਦ ਲਓ। ਸੋ ਪਹਿਲਾ ਥੋਟ ਪ੍ਰੋਸੈਸ ਮੇਰਾ ਜਿਹੜਾ ਮਾਇੰਡ 'ਚ ਸੀਗਾ ਕਿ ਜੀ ਵੀ ਪੀ ਨੂੰ ਇੱਕ ਇਹੋ ਜਿਹੀ ਕੰਪਨੀ ਬਣਾਉਣਾ ਕਿ ਕਿਸੇ ਦੇ ਕੋਲ ਵੀ ਜਿੰਨੇ ਵੀ ਪੈਸੇ ਹੈ, ਜਿਸ ਬਜਟ 'ਚ ਹੈ, ਉਹਦੇ ਵਾਸਤੇ ਮੇਰੇ ਕੋਲ ਪ੍ਰੋਡਕਟ ਹੋਣਾ ਚਾਹੀਦਾ, ਰਾਈਟ। ਦੂਸਰਾ, ਉਹ ਕਿਹੜੀ ਲੋਕੇਸ਼ਨ 'ਤੇ ਪ੍ਰੋਡਕਟ ਲੈ ਸਕਦਾ ਅਤੇ ਅਫੋਰਡ ਕਰ ਸਕਦਾ, ਉਸ ਲੋਕੇਸ਼ਨ 'ਤੇ ਮੇਰੇ ਕੋਲ ਪ੍ਰੋਜੈਕਟ ਹੋਣਾ ਚਾਹੀਦਾ। ਸੋ ਥੋਟ ਪ੍ਰੋਸੈਸ ਵਾਸ ਟੂ ਮੇਕ ਇਟ ਅ ਸੁਪਰ ਮਾਰਕੀਟ। ਸੁਪਰ ਮਾਰਕੀਟ ਤੁਸੀਂ ਦੇਖਿਆ ਹੋਣਾ, ਰੇਟ ਘੱਟ ਹੁੰਦਾ ਕਿਉਂਕਿ ਉਹ ਬਲਕ 'ਚ ਪਰਚੇਸ ਕਰਦੇ ਹੈ, ਕਿਉਂਕਿ ਹੁਣ ਤੁਸੀਂ ਇੱਕੋ ਸ਼ੋਪ 'ਤੇ ਜਾਂਦੇ ਹੋ, ਉਹ ਕੰਪਨੀਜ਼ ਤੋਂ ਬਾਰਗੇਨ ਕਰਦੇ ਹੈ, ਅਤੇ ਆਟੋਮੈਟਿਕਲੀ ਅਗਰ ਤੁਹਾਨੂੰ ਉਹੀ ਇੰਡੀਆ ਦੀ ਗੱਲ ਕਰੀਏ ਤਾਂ ਮੈਗੀ ਦਾ ਪੈਕਟ ਅਗਰ ਬਾਹਰ 10 ਰੁਪਏ ਦਾ ਹੈ ਤਾਂ ਉਹ ਉੱਥੇ ਉਹਨਾਂ ਕੋਲ 9 ਰੁਪਏ ਦਾ ਮਿਲ ਜਾਂਦਾ, ਕਿਉਂਕਿ ਉਹਨਾਂ ਦੀ ਪਰਚੇਜ਼ਿੰਗ ਬਲਕ ਦੇ ਵਿੱਚ ਹੁੰਦੀ ਹੈ, ਬਟ ਉਹਨਾਂ ਦੀ ਸੇਲ ਵੀ ਉਨੀ ਜ਼ਿਆਦਾ ਹੀ ਹੁੰਦੀ ਹੈ। ਤੋ ਸੇਮ ਸਾਡਾ ਕੰਸੈਪਟ ਵੀ ਇਹੀ ਸੀ, ਟੂ ਪਲੇ ਵਿਦ ਦਾ ਵੋਲਿਊਮ ਰੈਦਰ ਦੈਨ ਵਿਦ ਦਾ ਮਾਰਜਨ। ਇਸ ਕਰਕੇ ਚੰਡੀਗੜ੍ਹ ਸਰਾਊਂਡਿੰਗ ਤੁਸੀਂ ਜਿਹੜਾ ਮਰਜ਼ੀ ਸ਼ਹਿਰ ਲੈ ਲਓ, ਜੀਰਕਪੁਰ ਹੋਵੇ, ਉੱਥੇ ਸਾਡਾ ਇੱਕ ਅਸੀਂ ਮੋਲ ਬਣਾ ਰਹੇ ਹਾਂ, 20-story ਬਿਲਡਿੰਗ ਹੈਗੀ ਹੈ, ਸ਼ਹਿਰ ਦਾ ਸਭ ਤੋਂ ਵੱਡਾ ਮੋਲ ਹੈ, 650 ਕਰੋੜ ਦੀ ਲਾਗਤ ਦਾ ਪ੍ਰੋਡਕਟ ਹੈਗਾ, ਜਿਹਦੇ ਵਿੱਚ ਇੱਕ 5-star ਹੋਟਲ ਹੈ ਤਾਜ ਵਿਵਾਨਤਾ, 8 screen ਦਾ ਮਲਟੀਪਲੈਕਸ ਹੈ, ਫੂਡ ਕੋਰਟਸ, ਮਾਈਕਰੋ ਬਰੀਵਰੀਜ, ਉਹਦੇ ਵਿੱਚ 200 showroom ਹੈ, ਜਿਊਲਰੀ ਦਾ ਇੱਕ ਟਾਵਰ ਹੈ, 20-manzili ਆਫਿਸ ਦੀ ਬਿਲਡਿੰਗ ਹੈ। ਤੁਸੀਂ ਜੋ ਚੀਜ਼ ਸੋਚ ਸਕਦੇ ਹੋ ਕਿ ਮੈਂ ਅੱਜ ਸ਼ਾਮ ਨੂੰ ਇਹ ਕਰਨਾ, ਹੈ ਨਾ, ਖਾਣ ਪੀਣ ਦੇ ਐਂਡ ਤੋਂ ਲੈ ਕੇ ਕੱਪੜੇ ਖਰੀਦਣ ਤੋਂ ਲੈ ਕੇ ਜਿਊਲਰੀ ਖਰੀਦਣ ਤੋਂ ਲੈ ਕੇ ਮੂਵੀ ਦੇਖਣ ਤੋਂ ਲੈ ਕੇ, ਉਹ ਸਾਰਾ ਕੁਝ ਉੱਥੇ ਹੈਗਾ। ਸੇਮ ਵੇ ਅਸੀਂ ਜੀਰਕਪੁਰ 'ਚ 1000 flats ਬਣਾ ਰਹੇ ਹਾਂ, ਵਿਚ ਇਜ਼ ਏਥਨਸ, ਜਿਹੜਾ ਕਿ ਬਿਲਕੁਲ ਪ੍ਰਾਈਮ ਏਅਰਪੋਰਟ ਰੋਡ ਦੇ ਉੱਪਰ ਹੈਗਾ। ਸੇਮ ਡੇਰਾ ਬਸੀ ਦੇ ਵਿੱਚ, ਜਿਹੜਾ ਕਿ ਜੀਰਕਪੁਰ ਦੇ ਨਾਲ ਸਰਾਊਂਡਿੰਗ ਟਾਊਨ ਹੈ, ਬਸਟਿਡ ਟਾਊਨਸ਼ਿਪਸ ਉੱਥੇ ਕੱਢੀਆਂ ਅਸੀਂ, 250 acres ਦੇ ਆਸ ਪਾਸ, ਅਸੀਂ ਰਫਲੀ 4-5 ਹਜ਼ਾਰ ਫੈਮਲੀਜ਼ ਨੂੰ ਉੱਥੇ ਘਰ ਬਣਾ ਕੇ ਦਿੱਤਾ, ਕਿਸੇ ਨੂੰ ਇੰਡੀਪੈਂਡੈਂਟ ਪਲੋਟ ਦਿੱਤਾ, ਕਿਸੇ ਨੂੰ ਵਿਲਾ ਦਿੱਤਾ, ਕਿਸੇ ਨੂੰ G+2 floors ਦਿੱਤੇ। ਫਿਰ ਪੀਰ ਮਛੱਲਾ ਜਿਹੜਾ ਕਿ ਪੰਚਕੂਲਾ ਦੇ ਨਾਲ ਐਡਜੋਇਨਿੰਗ ਹੈਗਾ, ਉਹਦੇ ਵਿੱਚ ਅਸੀਂ ਹੁਣ ਇੱਕ ਪਲਾਜ਼ਾ ਬਣਾ ਰਹੇ ਹਾਂ, 157 shops ਅਤੇ ਫਲੈਟਸ ਬਣਾ ਰਹੇ ਹਾਂ। ਫਿਰ ਖਰੜ, ਜਿਹੜਾ ਕਿ ਅਗਰ ਜਲੰਧਰ ਅੰਮ੍ਰਿਤਸਰ ਵਾਲੀ ਬੈਲਟ ਤੋਂ ਤੁਸੀਂ ਐਂਟਰ ਕਰਨਾ ਹੈ ਚੰਡੀਗੜ੍ਹ ਦੇ ਵਿੱਚ, ਜੰਮੂ ਤੋਂ ਆਉਣਾ ਹੈ, ਕਾਂਗੜਾ ਤੋਂ ਆਉਣਾ ਹੈ, ਤਾਂ ਖਰੜ ਦੇ ਵਿੱਚ ਅਸੀਂ 800 flat ਬਣਾਏ ਕੈਮੀਲੀਆ, ਅਤੇ ਹੁਣ ਉੱਥੇ ਇੱਕ 80 acres ਦੀ ਟਾਊਨਸ਼ਿਪ ਡਿਲੀਵਰ ਕੀਤੀ ਕ੍ਰੈਸਟ, ਅਤੇ ਹੁਣ ਇੱਕ 1200 flat ਹੋਰ ਅਸੀਂ ਉੱਥੇ ਬਣਾਉਣ ਲੱਗੇ ਹਾਂ। ਸੇਮ ਵੇ ਨਿਊ ਚੰਡੀਗੜ੍ਹ, ਜਿਹੜਾ ਕਿ ਅੱਜ ਡੇਟ 'ਚ ਬਹੁਤ ਕਰੇਜ਼ ਹੈਗਾ ਲੋਕਾਂ ਨੂੰ ਉਹਦਾ, ਕਿ ਚੰਡੀਗੜ੍ਹ ਦਾ ਨਾਮ ਚੰਡੀਗੜ੍ਹ ਸੀ ਅਤੇ ਹੁਣ ਨਿਊ ਚੰਡੀਗੜ੍ਹ ਆ ਗਿਆ, ਬਿਲਕੁਲ ਐਡਜੋਇਨਿੰਗ ਚੰਡੀਗੜ੍ਹ। ਉੱਥੇ ਸਾਡੀ 150 acres ਦੀ ਟਾਊਨਸ਼ਿਪ ਆ ਰਹੀ ਹੈ, ਜਿਹਦੇ ਵਿੱਚ 5-star ਹੋਟਲ ਹੈਗਾ, ਮਲਟੀਪਲੈਕਸ ਹੈਗੇ, ਫੂਡ ਕੋਰਟਸ ਹੈਗੇ ਹੈ, ਇੰਡੀਪੈਂਡੈਂਟ ਪਲੋਟਸ ਹੈਗੇ, ਵਿਲਾਜ਼ ਹੈਗੇ 150, ਉਹ ਪੂਰਾ 17-18 ਨਿਊ ਸੈਕਟਰ ਨਿਊ ਚੰਡੀਗੜ੍ਹ ਹੈ। ਉਹਦੇ ਵਿੱਚ ਪੁਲਿਸ ਪੋਸਟ ਵੀ ਹੋਏਗੀ, ਉਹਦੇ 'ਚ ਪੋਸਟ ਆਫਿਸ ਵੀ ਹੋਏਗਾ, ਉਹਦੇ 'ਚ 3-4 clubs ਹੋਣਗੇ, 3-4 schools ਹੋਣਗੇ, ਐਵਰੀਥਿੰਗ ਯੂ ਕੈਨ ਇਮੈਜਿਨ ਕਿ ਇੱਕ ਲਾਈਫ ਸਟਾਈਲ 'ਚ ਕੀ ਜ਼ਰੂਰਤ ਹੈਗੀ ਹੈ, ਉਹ ਸਭ ਕੁਛ ਨਿਊ ਚੰਡੀਗੜ੍ਹ 'ਚ ਆ ਰਿਹਾ ਹੈ। ਫਿਰ ਹੁਣ ਅੱਜ ਕੱਲ੍ਹ ਟੋਕ ਆਫ ਦਾ ਟਾਊਨ ਹੈ ਐਰੋ ਸਿਟੀ, ਏਅਰਪੋਰਟ ਦਾ ਆਸ ਪਾਸ ਦਾ ਏਰੀਆ, ਐਰੋ ਸਿਟੀ ਸਾਡੇ 3 projects ਆ ਰਹੇ ਨੇ, ਜਿਹਦੇ ਵਿੱਚ ਇੱਕ ਬੜੀ ਹੈਵੀ ਟਾਊਨਸ਼ਿਪ ਆ ਰਹੀ ਹੈ, ਵਿਚ ਇਜ਼ ਮੋਹਾਲੀ ਦਾ ਬਿਲਕੁਲ ਹਾਰਟ ਦੇ ਵਿੱਚ ਹੈਗੀ, ਉਹ 66 sector ਦੇ ਵਿੱਚ, ਜਿਹਦੇ ਵਿੱਚ ਇੰਡਸਟਰੀਅਲ ਪਲੋਟਸ ਨੇ, ਸ਼ੋਰੂਮਸ ਨੇ, ਗਰੁੱਪ ਹਾਊਸਿੰਗ ਹੈ, ਉਹਦੇ ਵਿੱਚ ਹੋਟਲਸ ਨੇ, ਉਹਦੇ ਵਿੱਚ ਹੋਸਪਿਟਲ ਹੈ, ਉਹਦੇ ਵਿੱਚ ਆਫਿਸਿਸ ਦੀ ਬਿਲਡਿੰਗ ਹੈ। ਸੋ ਲਾਈਕ ਜਿਵੇਂ ਚੰਡੀਗੜ੍ਹ ਦਾ ਇੰਡਸਟਰੀਅਲ ਏਰੀਆ ਫੇਜ਼ 1 ਫੇਜ਼ 2 ਬਣਿਆ ਹੋਇਆ, ਇਲਾਂਤੇ ਵਾਲਾ ਏਰੀਆ, ਸੇਮ ਉਵੇਂ ਦਾ ਕੰਸੈਪਟ ਉਹ 'ਚ ਬਿਲਡਅਪ ਹੋ ਰਿਹਾ। ਐਰੋ ਸਿਟੀ ਦੇ ਵਿੱਚ ਹੀ ਸਾਡੀ ਇੱਕ ਇੰਡੀਪੈਂਡੈਂਟ ਰੈਡੈਂਸ਼ੀਅਲ ਟਾਊਨਸ਼ਿਪ ਹੈ, ਫਿਰ ਐਰੋ ਸਿਟੀ ਦੇ ਵਿੱਚ ਇੱਕ ਸਾਡੀ ਇੱਕ ਐਰੋਜ਼ੀ ਨਾਂ ਦਾ ਪ੍ਰੋਜੈਕਟ ਆ ਰਿਹਾ, ਜਿਹੜਾ ਕਿ ਇਨਫੋਸਿਸ ਦੇ ਬਿਲਕੁਲ ਨਾਲ ਆ ਰਿਹਾ, ਉਹਦੇ ਵਿੱਚ ਹਾਈ ਰਾਈਜ਼ ਫਲੈਟਸ ਨੇ ਅਤੇ ਉਹ 'ਚ ਇੰਡੀਪੈਂਡੈਂਟ ਪਲੋਟਸ ਨੇ। ਸੋ ਖਾਸੀਅਤ ਇਹ ਹੈ ਕਿ ਅੱਜ ਦੀ ਡੇਟ 'ਤੇ ਚੰਡੀਗੜ੍ਹ ਸਰਾਊਂਡਿੰਗ, ਚਾਹੇ ਉਹ ਮੋਹਾਲੀ ਹੋਵੇ, ਪੰਚਕੂਲਾ ਹੋਵੇ, ਜੀਰਕਪੁਰ ਹੋਵੇ, ਡੇਰਾਉਸੀ ਹੋਵੇ, ਖਰੜ ਹੋਵੇ,
ਅਤੇ ਹਰ ਰੇਂਜ ਦੇ ਵਿੱਚ ਹੈ। ਅਗਰ ਕਸਟਮਰ ਜੇਬ ਦੇ ਵਿੱਚ 2 ਲੱਖ ਰੁਪਏ ਲੈ ਕੇ ਆਉਂਦਾ ਅਤੇ ਉਹਦਾ ਲੋਨ ਹੋ ਸਕਦਾ ਤਾਂ ਵੀ ਉਸਨੂੰ ਫਲੈਟ ਦੇ ਕੇ ਭੇਜ ਸਕਦੇ ਹਾਂ। ਤਾਂ ਇਸ ਰੇਂਜ ਦੇ ਨਾਲ ਅਸੀਂ ਓਪਰੇਟ ਕਰ ਰਹੇ ਹਾਂ ਅਤੇ ਇਸੀ ਥੋਟ ਪ੍ਰੋਸੈਸ ਨਾਲ ਕਿ ਮਾਸ ਮਾਰਕੀਟ, ਚਾਹੇ ਉਹ ਪ੍ਰੀਮੀਅਮ ਮਾਰਕੀਟ ਹੈ, ਚਾਹੇ ਉਹ ਬਸਟਿਡ ਮਾਰਕੀਟ ਹੈ, ਹਰ ਮਾਰਕੀਟ ਲਈ ਸਾਡੇ ਕੋਲ ਪ੍ਰੋਡਕਟ ਹੋਵੇ। ਬਿਲਕੁਲ ਸੋ ਬਿਲਕੁਲ ਜੇਕਰ ਤੁਸੀਂ ਕਿਸੇ ਵੀ ਏਰੀਆ ਦੇ ਵਿੱਚ ਘਰ ਲੈਣਾ, ਕੋਈ ਕਮਰਸ਼ੀਅਲ ਪ੍ਰੋਪਰਟੀ ਖਰੀਦਣਾ ਚਾਹੁੰਦੇ ਹੋ ਜਾਂ ਪ੍ਰੋਪਰ ਬੇਕਰੀ ਕਿ ਮਾਲ ਦੇ ਵਿੱਚ ਵੀ ਜਾਣਾ ਚਾਹੁੰਦੇ ਹੋ, ਤਦ ਵੀ GPP ਗਰੁੱਪ ਦਾ ਨਾਮ ਤੁਹਾਡੇ ਸਾਹਮਣੇ ਆਏਗਾ। ਮੈਂ ਇੱਕ ਲਾਈਨ ਐਡ ਕਰਨਾ ਚਾਹਾਂਗਾ, ਜਿਵੇਂ ਤੁਸੀਂ ਇੱਕ ਸੁਪਰ ਮਾਰਕੀਟ 'ਚ ਇੱਕ ਕੌਨਫੀਡੈਂਸ ਨਾਲ ਜਾਂਦੇ ਹੋ ਵਾਲਮਾਰਟ 'ਚ ਕਿ ਮੈਨੂੰ ਘਰ ਦਾ ਸਾਰਾ ਸਮਾਨ ਮਿਲ ਜਾਏਗਾ ਨਾ, ਤੁਸੀਂ ਅਗਰ ਨੋਨ ਵੈਜ ਤੋਂ ਲੈ ਕੇ ਵੈਜ ਖਰੀਦਣਾ, ਸਬਜ਼ੀਆਂ ਖਰੀਦਣੀਆਂ, ਮਸਾਲੇ ਖਰੀਦਣੇ ਆ, ਸੇਮ ਵੇ ਅਗਰ ਤੁਹਾਡਾ ਮਾਇੰਡ ਸੈੱਟ ਹੈਗਾ ਕਿ ਮੈਂ ਪੈਸੇ ਲਗਾਉਣੇ ਆ ਅਤੇ ਮੈਂ ਚੰਡੀਗੜ੍ਹ ਰੀਜਨ 'ਚ ਪੈਸਾ ਲਗਾਉਣਾ, ਤੁਹਾਨੂੰ ਇਹ ਸੋਚਣ ਦੀ ਜ਼ਰੂਰਤ ਨਹੀਂ, ਨੈੱਟ 'ਤੇ ਲੱਭਣ ਦੀ ਜ਼ਰੂਰਤ ਨਹੀਂ ਕਿ GVP ਕੋਲ ਕੀ ਹੈਗਾ ਕੀ ਨਹੀਂ ਹੈਗਾ। ਜਸਟ ਮੇਕ ਏ ਫੋਨ ਕਾਲ ਟੂ GVP, ਵੀ ਹੈਵ ਐਵਰੀਥਿੰਗ ਐਵਰੀਵੇਅਰ। ਸੋ ਦੈਟ ਇਜ਼ ਦਾ ਕਨਸੈਪਟ, ਉਸ ਕੌਨਫੀਡੈਂਸ ਨਾਲ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ। ਬਿਲਕੁਲ ਬਿਲਕੁਲ, ਤੁਸੀਂ ਹਰ ਤਰ੍ਹਾਂ ਦਾ ਪ੍ਰੋਜੈਕਟ GVP ਕੋਲ ਹੈਗਾ, ਈਵਨ ਏਰੀਆ ਜਿਹੜਾ ਵੀ ਲੈਣਾ ਚਾਹੁੰਦੇ ਹੋ, ਚੰਡੀਗੜ੍ਹ ਦੇ ਖਰੜ ਜਾਣਾ, ਐਰੋ ਸਿਟੀ ਜਾਂ ਫਿਰ ਆਪਾਂ ਕਹੀਏ ਕਿ ਜ਼ੀਰਕਪੁਰ ਵਾਲੀ ਸਾਈਡ, ਹਰ ਜਗ੍ਹਾ 'ਤੇ ਪ੍ਰੋਜੈਕਟ ਨੇ, ਹਰ ਤਰ੍ਹਾਂ ਦੇ ਪ੍ਰੋਜੈਕਟ ਨੇ ਅਤੇ ਹੋਰ ਕੀ ਫੈਸਿਲਿਟੀਜ਼ ਨੇ, ਸਾਰੀ ਗੱਲਬਾਤ ਹੋਏਗੀ ਪਰ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਵੈਲਕਮ ਬੈਕ ਆਫਟਰ ਸ਼ਾਰਟ ਬ੍ਰੇਕ ਤੇ ਸਾਡੇ ਨਾਲ ਨੇ ਸੇਲਸ ਐਂਡ ਮਾਰਕੀਟਿੰਗ ਡਾਇਰੈਕਟਰ GPP ਗਰੁੱਪ ਦੇ ਮਿਸਟਰ ਅਨੁਪਮ ਗੁਪਤਾ ਜੀ, ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ। GPP ਗਰੁੱਪ ਦੇ ਜਿੰਨੇ ਵੀ ਪ੍ਰੋਜੈਕਟ ਹੈਗੇ ਨੇ, ਕਮਰਸ਼ੀਅਲ, ਰੀਅਲ ਅਸਟੇਟ, ਉਸ ਸਭ ਬਾਰੇ ਅਸੀਂ ਡਿਟੇਲ ਦੇ ਨਾਲ ਗੱਲਬਾਤ ਹੋ ਰਹੀ ਹੈ ਅਤੇ ਵੈਲਕਮ ਬੈਕ ਹੈ ਜੀ। ਸੋ ਸਰ, ਜਿਵੇਂ ਅਸੀਂ ਗੱਲਬਾਤ ਕੀਤੀ ਪ੍ਰੋਜੈਕਟ ਦੀ, ਹੁਣ ਅਸੀਂ NRI ਆਡੀਅੰਸ ਦੀ ਜੇਕਰ ਗੱਲਬਾਤ ਕਰੀਏ, ਉਹਨਾਂ ਦਾ ਇੱਕ ਮਾਇੰਡ ਸੈਟ ਅਲੱਗ ਹੁੰਦਾ ਕਿਉਂਕਿ ਅਬਰੋਡ ਰਹਿੰਦੇ ਨੇ, ਉੱਥੇ ਅਲੱਗ ਤਰ੍ਹਾਂ ਦੇ ਪ੍ਰੋਜੈਕਟ ਨੇ, ਉਹ ਚਾਹੁੰਦੇ ਨੇ ਕਿ ਉਹ ਸਭ ਫੈਸਿਲਿਟੀਜ਼ ਜਿਹੜੀਆਂ ਨੇ ਸਾਨੂੰ ਇੰਡੀਆ ਦੇ ਵਿੱਚ ਵੀ ਮਿਲ ਸਕਣ। ਸੋ ਤੁਸੀਂ ਕਿਸ ਤਰ੍ਹਾਂ GPP ਗਰੁੱਪ ਕਿਸ ਤਰ੍ਹਾਂ ਉਹਨਾਂ ਦਾ ਟਰੱਸਟ ਜਿਹੜਾ ਉਹ ਬਿਲਡ ਅਪ ਕਰਦਾ, ਕਿਸ ਤਰ੍ਹਾਂ ਦੇ ਪ੍ਰੋਜੈਕਟ ਉਹਨਾਂ ਵਾਸਤੇ NRIs ਵਾਸਤੇ ਤੁਸੀਂ ਲੈ ਕੇ ਆਏ? ਐਜ਼ ਆਫ ਨਾਓ ਸਾਡੇ ਕੋਲ 18 ਤੋਂ 19 ਕੰਟਰੀਜ਼ ਦੇ ਵਿੱਚ ਕਸਟਮਰ ਨੇ। ਲਾਈਕ ਜਿਵੇਂ NRIs ਦੀ ਮੈਂ ਗੱਲ ਕਰਾਂ ਤਾਂ ਮੈਂ 4-5 ਮਹੀਨੇ ਪਹਿਲਾਂ ਕੈਨੇਡਾ ਦੇ ਵਿੱਚ ਟੋਰੋਂਟੋ ਦੇ ਵਿੱਚ ਰਫਲੀ 300 ਬੰਦਿਆਂ ਨੂੰ ਐਡਰੈਸ ਕੀਤਾ ਸੀਗਾ। ਸੇਮ ਵੇ ਵੀ ਡਿਡ ਰੋਡ ਸ਼ੋਜ਼ ਇਨ US, ਕੈਲੀਫੋਰਨੀਆ ਐਟਸੈਟਰਾ ਐਂਡ ਦੁਬਈ, ਸਿੰਗਾਪੁਰ, ਆਸਟ੍ਰੇਲੀਆ, UK। ਹੁਣ ਜਿਵੇਂ ਕੱਲ੍ਹ ਵੀ ਮੇਰੇ ਕੋਲ ਕੁਝ ਕਸਟਮਰ ਸੀਗੇ ਜਿਨ੍ਹਾਂ ਨੇ ਹੋਟਲ ਰੂਮਸ ਬਾਏ ਕੀਤੇ ਸਵੀਡਨ ਤੋਂ। ਸੇਮ ਵੇ ਕਤਰ ਦੇ ਵਿੱਚ ਵੀ ਹੈਵ ਸੋਲਡ, ਓਮਾਨ 'ਚ ਵੀ ਹੈਵ ਸੋਲਡ, ਦੁਬਈ ਦੇ ਵਿੱਚ ਵੀ ਹੈਵ ਸੋਲਡ। ਸੋ ਪੁਆਇੰਟ ਇਜ਼ NRI ਕਸਟਮਰਸ ਵਾਸਤੇ ਉਹਨਾਂ ਨੂੰ ਮੇਨ ਚਾਹੀਦਾ ਹੁੰਦਾ, ਇੱਕ ਤਾਂ ਪੈਸਾ ਸੇਫ ਹੋਵੇ, ਦੂਜਾ ਉਹਦੇ ਉੱਪਰ ਰਿਟਰਨ ਆਉਂਦੀ ਹੋਵੇ। ਬਿਕੋਜ਼ ਜਿਹੜਾ ਹੈਗਾ, ਅਗਰ ਸਪੋਜ਼ ਉੱਥੇ ਜਿਹੜਾ FD ਦਾ ਇੰਟਰਸਟ ਰੇਟ ਹੈਗਾ ਉਹ 1-2% ਦੇ ਆਸ ਪਾਸ ਹੈ ਬੈਂਕ ਦਾ, ਅਤੇ ਰੈਂਟਲ ਇਨਕਮ ਜਿਹੜੀ ਹੈਗੀ ਆ ਉਹ 4-5% ਤੋਂ ਲੈ ਕੇ 7-8% ਤੱਕ ਆਉਂਦੀ ਹੈ। ਤਾਂ ਇੰਡੀਆ ਦੇ ਵਿੱਚ ਮੈਂ ਪੈਸਾ ਕਿਉਂ ਲਾਵਾਂ, ਕੁਸ਼ਚਨ ਇਹ ਆਉਂਦਾ। ਉਹਦੇ 2 ਕਾਰਨ ਨੇ, ਇੱਕ ਤਾਂ ਅੱਛੀ ਐਪਰੀਸ਼ੀਏਸ਼ਨ ਦਾ ਸਕੋਪ, ਬਿਕੋਜ਼ ਉਰੇ ਦੇ ਰੇਟਸ ਅਤੇ ਉੱਥੇ ਦੇ ਰੇਟਸ 'ਚ ਕਾਫੀ ਫਰਕ ਹੈ। ਅਗਰ ਮੈਂ ਕੈਨੇਡਾ 'ਚ ਬੈਠਾ, ਕੰਸਟਰਕਸ਼ਨ ਕੋਸਟ 6,000 ਰੁਪਏ ਫੁੱਟ ਆਉਂਦੀ ਹੈ, ਇੰਡੀਆ ਦੇ ਵਿੱਚ ਕੰਪੇਰੇਟਿਵਲੀ ਅਗਰ ਗਰੁੱਪ ਹਾਊਸਿੰਗ ਦੀ ਗੱਲ ਕਰ ਰਹੇ ਹਾਂ ਤਾਂ ਆਲਮੋਸਟ 1/3 ਆਉਂਦੀ ਹੈ ਕੰਸਟਰਕਸ਼ਨ ਕੋਸਟ। ਸੇਮ ਵੇ ਲੈਂਡ ਕੋਸਟ ਦਾ ਫਰਕ ਹੈਗਾ। ਤਾਂ ਉਰੇ ਇੱਕ ਤਾਂ ਪ੍ਰੋਡਕਟ ਦੇ ਵਿੱਚ ਐਪਰੀਸ਼ੀਏਸ਼ਨ ਦਾ ਸਕੋਪ ਹੈਗਾ, ਦੂਜੀ ਜਿਹੜੀ ਰੈਂਟਲ ਇਨਕਮ ਹੈਗੀ ਆ ਉਹ ROI ਜ਼ਿਆਦਾ ਹੈਗੀ ਹੈ। ਅਤੇ NRIs ਵਾਸਤੇ ਅਸੀਂ ਜਿਵੇਂ ਅਸੀਂ ਸ਼ਹਿਰ ਦੇ ਵਿੱਚ 3-4-star ਹੋਟਲ ਬਣਾ ਰਹੇ ਹਾਂ, ਤਾਜ ਵਿਵਾਨਤਾ ਦੇ ਨਾਂ ਤੋਂ 4-star 5-star ਕੈਟਾਗਰੀ ਦੇ ਵਿੱਚ ਹੋਣਗੇ। ਅਸੀਂ ਕਈ ਸਾਰੇ ਸਕੂਲ ਬਣਾ ਰਹੇ ਹਾਂ, 6-7 ਸਕੂਲ ਸਾਡੇ ਬਣਦੇ ਪਏ ਹੈ ਜਿਹੜੇ 3 ਸਾਲਾਂ 'ਚ ਡਿਲੀਵਰ ਹੋ ਜਾਣਗੇ। 7-8 ਸਾਡੀ ਜਿਹੜੀ ਹੈਗੀ ਗਰੁੱਪ ਹਾਊਸਿੰਗ ਸਾਈਟਸ ਚੱਲ ਰਹੀਆਂ, 4-5 ਮੋਲਸ ਚੱਲ ਰਹੇ ਨੇ, ਇਸ ਤੋਂ ਇਲਾਵਾ ਜਿਹੜਾ ਹੈਗਾ ਹੋਸਪਿਟਲ ਹੈਗਾ। ਹੁਣ ਉਹਦੇ ਵਿੱਚ NRI ਕੀ ਲੈ ਸਕਦਾ, ਕੁਸ਼ਚਨ ਇਜ਼ ਦੈਟ, ਹੈ ਨਾ। ਜਿਵੇਂ ਅਸੀਂ ਹੋਟਲ ਦੇ ਰੂਮ ਜਿਹੜੇ ਹੈਗੇ ਹੈ, ਤੁਸੀਂ ਬਾਹਰ ਸਟੂਡੀਓ ਅਪਾਰਟਮੈਂਟਸ ਖਰੀਦਦੇ ਹੋ, ਚਾਹੇ ਉਹ ਦੁਬਈ 'ਚ ਹੋਣ, ਚਾਹੇ ਉਹ US 'ਚ ਹੋਣ, ਚਾਹੇ ਕੈਨੇਡਾ 'ਚ ਹੋਣ, ਜਿਵੇਂ ਮੈਂ ਡਾਊਨਟਾਊਨ ਵਗੈਰਾ 'ਚ ਦੇਖ ਰਿਹਾ ਸੀ, ਉੱਥੇ 2.5 ਕਰੋੜ, 3 ਕਰੋੜ 4 ਕਰੋੜ ਦੇ ਐਵਰੇਜ ਪ੍ਰਾਈਸ ਦੇ ਨਾਲ ਅਸੀਂ ਉਰੇ ਬੜੇ ਹੀ ਰੀਜਨਲ ਪ੍ਰਾਈਸ ਦੇ ਵਿੱਚ 50-60 ਲੱਖ ਰੁਪਏ ਦੀ ਰੇਂਜ ਦੇ ਵਿੱਚ ਹੋਟਲ ਰੂਮ ਵੇਚ ਰਹੇ ਹਾਂ, ਜਿਹਦੇ ਵਿੱਚ ਤੁਸੀਂ ਫ੍ਰੀ ਹੈਂਡ ਪ੍ਰੋਪਰਟੀ ਖਰੀਦ ਸਕਦੇ ਹੋ, ਜਿਹਦੇ ਵਿੱਚ ਫ੍ਰੀ ਹੋਲਡ ਪ੍ਰੋਪਰਟੀ ਨੂੰ ਤੁਸੀਂ ਜਿਵੇਂ ਹੋਟਲ ਦੇ ਵਿੱਚ ਰੂਮ ਖਰੀਦਿਆ, ਉਹ ਹੋਟਲ ਨੂੰ ਤਾਜ ਮੈਨੇਜ ਕਰੇਗਾ ਅਤੇ ਉਹ ਬੇਸਿਕਲੀ ਲੀਜ਼ਡ ਆਊਟ ਹੋਏਗਾ ਰੂਮ ਉਹਨਾਂ ਨੂੰ, ਹੋਟਲ ਨੂੰ, ਜਿਹਦੇ ਵਿੱਚ ਤੁਹਾਨੂੰ ਇੱਕ ਅੱਛੀ ਰਿਟਰਨ ਬੇਸਿਕਲੀ। ਜਿਵੇਂ ਮੈਂ ਤੁਹਾਨੂੰ ਕੈਲਕੂਲੇਸ਼ਨ ਥੋੜ੍ਹੀ ਜਿਹੀ ਮੋਟਾ ਮੋਟਾ ਸਮਝਾ ਦਿੰਦਾ ਕਿ 8,000 ਰੁਪਏ ਪਰ ਡੇ ਦਾ ਰੂਮ ਹੈ ਐਗਜ਼ਾਮਪਲ, ਅਤੇ 60-70% ਦੀ ਓਕੂਪੈਂਸੀ ਹੈ, ਮੀਨਸ ਇੱਕ ਐਵਰੇਜ 200 ਕਮਰਿਆਂ ਦੇ ਹੋਟਲ 'ਚ ਅੱਜ ਮੇਰੇ 100 ਲੱਗੇ, ਕੱਲ੍ਹ 120 ਕਮਰੇ ਲੱਗੇ, ਕੱਲ੍ਹ 140 ਲੱਗੇ, ਐਵਰੇਜ ਮੇਰੀ 70% ਦੀ ਆਈ, 20 ਦਿਨ ਦੀ ਮੇਰੀ ਐਵਰੇਜ ਆਈ ਮਹੀਨੇ ਦੀ, ਸਪੋਜ਼ ਵੀ ਆਪਾਂ ਮੰਨ ਕੇ ਚੱਲਦੇ ਹਾਂ। ਅਤੇ ਇੱਕ 8,000 ਰੁਪਏ ਪਰ ਡੇ ਦੇ ਹਿਸਾਬ ਨਾਲ ਰੂਮ ਨੇ 1,60,000 ਰੁਪਏ ਦਾ ਬਿਜ਼ਨਸ ਕੀਤਾ, ਤਾਂ ਉਹਦਾ 30% ਜਿੰਨੀ ਵੀ ਉਹ ਗਰੋਥ ਸੇਲ ਕਰੇਗਾ 48,000 ਰੁਪਏ ਰੂਮ ਦੇ ਓਨਰ ਕੋਲ ਚਲਾ ਗਿਆ, ਮੋਟਾ ਮੋਟਾ 9% ਤੋਂ 12% ਦੇ ਵਿੱਚ ਰੈਂਟ ਰਿਟਰਨ ਉਹਨੂੰ ਜਿਹੜੀ ਹੈਗੀ ਹੈ ਉਹ ਆ ਗਈ। ਦੂਸਰਾ ਉਹਦੀ ਐਪਰੀਸ਼ੀਏਸ਼ਨ ਉਹਦਾ ਪ੍ਰੋਪਰਟੀ 10-15% ਸਾਲ ਦੀ। ਤਾਂ ਅਸੀਂ ਜਿਵੇਂ ਹੋਟਲ ਰੂਮਸ ਜਿਹੜੇ ਹੈਗੇ NRIs ਨੂੰ ਬਾਹਰ ਬਹੁਤ ਵੇਚੇ, ਫੂਡ ਕੋਰਟਸ ਹੋ ਗਏ, ਜਿਵੇਂ ਹੁਣ ਤੁਸੀਂ KFC, ਮੈਕਡੀ, ਪੀਜ਼ਾ ਹਟ, ਸਬਵੇ ਵਗੈਰਾ ਟਾਈਪ ਬ੍ਰਾਂਡਸ, ਜਿਵੇਂ ਮਲਟੀਪਲੈਕਸ ਜਾਂਦੇ ਹੋ ਤਾਂ ਉੱਥੇ ਕਾਊਂਟਰਸ ਹੁੰਦੇ ਆ, ਹੈ ਨਾ, ਤਾਂ ਉਹ ਰੈਂਟ ਆਊਟ ਹੁੰਦਾ ਬੇਸਿਕਲੀ ਇਹਨਾਂ ਬ੍ਰਾਂਡਸ ਨੂੰ, ਇਹ ਰੈਵੈਨਿਊ ਸ਼ੇਅਰਿੰਗ ਹੁੰਦਾ।
ਹੁਣ ਜਿਵੇਂ H&M ਵਰਗਾ ਬ੍ਰਾਂਡ ਹੈ ਤਾਂ ਮੋਲ ਦੇ ਵਿੱਚ H&M ਨਾਲ ਗੱਲ ਚੱਲ ਰਹੀ ਹੈ, ਉਹ ਰੈਵੈਨਿਊ ਸ਼ੇਅਰਿੰਗ 'ਤੇ ਆਏਗਾ ਕਿਉਂਕਿ ਇਨਵੈਸਟਰ ਉਹ 'ਚ ਪੈਸਾ ਲਗਾਏਗਾ ਅਤੇ ਉਹਨਾਂ ਦੇ ਵਿੱਚ H&M ਚਲਾਉਣਗੇ ਅਤੇ ਉਹਦਾ ਪ੍ਰੋਫਿਟ ਸ਼ੇਅਰ ਜਿਹੜਾ ਹੈਗਾ ਉਹਨੂੰ ਉਹਨਾਂ ਨੂੰ ਜਾਏਗਾ। ਤਾਂ ਆਲਰੇਡੀ ਇਹ ਬ੍ਰਾਂਡਸ ਵਰਲਡ ਓਵਰ ਹੈਗੇ, ਉਹਨਾਂ ਨੂੰ ਇਹਨਾਂ ਬਾਰੇ ਪਤਾ ਹੈਗਾ। ਤਾਂ ਵਨ ਆਪਸ਼ਨ ਇਜ਼ ਵੀ ਕੈਨ ਸੈਲ ਦੈਮ ਦਾ ਬ੍ਰਾਂਡਸ ਵਿਦ ਅ ਪ੍ਰੀ ਲੀਜ਼ਡ ਪ੍ਰੋਪਰਟੀ ਕਾਇੰਡ ਆਫ ਕਨਸੈਪਟ। ਦੂਸਰਾ ਫੂਡ ਕੋਰਟਸ ਹੋ ਗਏ, ਤੀਸਰਾ ਮਾਈਕਰੋ ਬਰੂਵਰੀਜ਼ ਡਿਸਕ ਬਾਰ ਹੋ ਗਏ, ਰੈਸਟੋਰੈਂਟਸ ਹੋ ਗਏ, ਚੌਥਾ ਜਿਹੜਾ ਹੈਗਾ ਹੋਟਲ ਦੇ ਰੂਮਸ ਦੇ ਕੈਨ ਬਾਏ, ਫਿਫਥ ਦੇ ਕੈਨ ਬਾਏ ਆਫਿਸ ਸਪੇਸ। ਆਫਿਸ ਸਪੇਸ ਕੀ ਹੈ ਕਿ ਜਿਵੇਂ ਹੁਣ ਸਪੋਜ਼ 500 ਸਕੇਅਰ ਫੁੱਟ ਜਗ੍ਹਾ ਲਈ ਹੈ, 1000 ਸਕੇਅਰ ਫੁੱਟ ਜਗ੍ਹਾ ਲਈ, ਜਦ ਤੱਕ ਬਿਲਡਿੰਗ ਬਣ ਰਹੀ ਹੈ ਉਹਨਾਂ ਨੂੰ ਅਸੀਂ ਅਸ਼ੋਰਡ ਰਿਟਰਨ ਦੇ ਰਹੇ ਹਾਂ, ਇੱਕ ਪ੍ਰੀ ਪੇਮੈਂਟ ਦੀ ਉਹਨਾਂ ਨੂੰ ਬੈਨੀਫਿਟ ਦੇ ਰਹੇ ਹਾਂ ਕਿ 12.5% ਅਸ਼ੋਰਡ ਰਿਟਰਨ, ਕਿ ਤੁਸੀਂ 1 ਕਰੋੜ ਰੁਪਏ ਲਗਾਇਆ ਤੁਹਾਨੂੰ ਸਾਲ ਦਾ 12.5 ਲੱਖ ਰੁਪਏ ਟਿਲ ਦਾ ਟਾਈਮ ਬਿਲਡਿੰਗ ਬਣ ਕੇ ਤਿਆਰ ਹੋ ਰਹੀ ਹੈ। ਉਸ ਤੋਂ ਬਾਅਦ ਉਹਨੂੰ ਰੈਂਟਿਡ ਇਨਕਮ ਆਏਗੀ ਜਿਹੜੀ ਆਏਗੀ ਆਫਿਸ ਸਪੇਸ ਦੇ ਵਿੱਚ ਜਾਂ ਕੱਲ੍ਹ ਨੂੰ ਹੋਟਲ ਰੂਮ ਦੇ ਵਿੱਚ ਵੀ ਆਏਗੀ। ਸੇਮ ਵੇ ਕੁਛ NRIs ਐਵੇਂ ਨੇ ਜਿਨ੍ਹਾਂ ਦਾ ਥੋਟ ਪ੍ਰੋਸੈਸ ਹੈ ਕਿ ਅਸੀਂ ਰਿਟਾਇਰਮੈਂਟ ਤੋਂ ਬਾਅਦ ਉਰੇ ਸੈਟਲ ਹੋਣਾ ਚਾਹੁੰਦੇ ਹਾਂ, ਤਾਂ ਉਹ ਫਲੈਟਸ ਖਰੀਦਣਾ ਚਾਹੁੰਦੇ ਹਾਂ, 2 BHK ਹੋ ਗਿਆ, 3 BHK ਹੋ ਗਿਆ, 4 BHK ਹੋ ਗਿਆ, ਉਹ ਉਹਨਾਂ ਦੀ ਉੱਥੇ ਦੀ ਇਨਕਮ ਦੇ ਬੇਸ 'ਤੇ ਵੀ ਜਿਹੜਾ ਹੈਗਾ ਲੋਨ ਹੋ ਜਾਏਗਾ। ਰਾਈਟ, ਸੋ ਆਲਰੇਡੀ ਮੈਨੀ ਆਫ ਦਾ NRIs ਹੈਵ ਬੋਟ ਫਰੋਮ ਅਸ ਇਨ ਏਥਨਸ ਐਂਡ ਇਨ ਡੇਰਾਬਸੀ ਇਨ ਜੀਰਕਪੁਰ ਖਰੜ ਆਲਸੋ, ਕਿ ਜਿਹਦੇ ਵਿੱਚ ਉਹਨਾਂ ਨੇ 2 BHK 3 BHK ਜਦ ਵੀ ਅਸੀਂ ਇੰਡੀਆ ਆਈਏ ਤਾਂ ਅਸੀਂ ਰਹਿ ਸਕੀਏ, ਹੈ ਨਾ। ਐਟ ਦ ਸੇਮ ਟਾਈਮ ਕੁਛ ਇਹੋ ਜਿਹੇ ਵੀ ਹੈਗੇ ਹੈ NRI ਬ੍ਰਦਰਸ ਜਿਹੜੇ ਕਿ ਬੇਸਿਕਲੀ ਇੰਡੀਪੈਂਡੈਂਟ ਪਲੋਟ ਖਰੀਦਣਾ ਚਾਹੁੰਦੇ ਹਾਂ ਕਿ ਮੈਂ ਇੱਕ 500,000 ਗਜ਼ ਦਾ ਜਾਂ 200 ਗਜ਼, 300 ਗਜ਼ ਦਾ ਪਲੋਟ ਖਰੀਦਾਂ, ਜਦ ਮੇਰਾ ਫਿਊਚਰ ਦੇ ਵਿੱਚ ਕਦੇ ਮਨ ਬਣੇ ਮੈਂ ਉਦੋਂ ਉਹਨੂੰ ਆਪਣੇ ਤਰੀਕੇ ਨਾਲ ਕੰਸਟਰਕਟ ਕਰਾਂ, ਰੈਦਰ ਦੈਨ ਕਿ ਬਿਲਡਿੰਗ ਬਣਾਉਣ ਦੀ ਬਜਾਏ। ਪਲੋਟ 'ਚ ਥੋੜ੍ਹਾ ਜਿਹਾ ਬੈਨੀਫਿਟ ਕੀ ਹੁੰਦਾ ਕਿ ਫਾਸਟ ਸੈੱਲ ਵੀ ਹੋ ਜਾਂਦਾ ਕਿਉਂਕਿ ਇਟਸ ਅ ਪੀਸ ਆਫ ਲੈਂਡ ਇਨ ਅਪਰੂਵਡ ਪ੍ਰੋਜੈਕਟ। ਤਾਂ ਆਟੋਮੈਟਿਕਲੀ NRIs ਵਾਸਤੇ ਸਾਡੇ ਕੋਲ ਮਲਟੀਪਲ ਪ੍ਰੋਜੈਕਟਸ ਨੇ, ਚਾਹੇ ਉਹ ਕਮਰਸ਼ੀਅਲ ਹੋਣ ਚਾਹੇ ਉਹ ਰੈਡੈਂਸ਼ੀਅਲ ਹੋਣ, ਡਿਪੈਂਡਿੰਗ ਅਪੋਨ ਦੇਅਰ ਨੀਡ। ਰੈਂਟਲ ਨੀਡ ਹੈ ਤਾਂ ਰੈਂਟਲ ਦਾ ਪ੍ਰੋਡਕਟ ਹੈਗਾ, ਰਹਿਣ ਦੀ ਨੀਡ ਹੈ ਤਾਂ ਰਹਿਣ ਵਾਸਤੇ ਪ੍ਰੋਡਕਟ ਹੈਗਾ। ਪਿਓਰ ਇਨਵੈਸਟਮੈਂਟ ਦਾ ਪਰਪਜ਼ ਹੈ ਕਿ ਮੈਂ ਪੈਸਾ ਲਾ ਰਿਹਾ ਅਤੇ ਮੇਰਾ ਪੈਸਾ ਅੱਛਾ ਐਪਰੀਸ਼ੀਏਟ ਕਰੇ, ਹੈ ਨਾ। ਮੈਂ ਪੈਸੇ ਲੰਬੇ ਟਾਈਮ ਨਹੀਂ ਲਗਾਉਣੇ, 2-3-5 ਸਾਲ ਲਈ ਲਗਾਉਣੇ ਆ ਅਤੇ ਮੈਂ ਬਾਅਦ 'ਚੋਂ ਕੱਢਣਾ ਚਾਹੁੰਦਾ। ਤਾਂ ਉਵੇਂ ਦੇ ਪ੍ਰੋਡਕਟ ਵੀ ਸਾਡੇ ਕੋਲ ਹੈਗੇ ਨੇ। ਕੁਛ NRIs ਚਾਹੁੰਗੇ ਕਿ ਕੱਲ੍ਹ ਨੂੰ ਮੈਂ ਆ ਕੇ ਉਰੇ ਇੰਡੀਆ 'ਚ ਕੋਈ ਕੰਮ ਕਰ ਸਕਾਂ, ਤਾਂ ਜਿਵੇਂ ਹੁਣ ਸਕੂਲ ਸਾਈਟਸ ਨੇ, ਹੋਸਪਿਟਲ ਸਾਈਟਸ ਨੇ, ਹੋਟਲ ਸਾਈਟਸ ਨੇ, ਰਾਈਟ। ਸੋ ਦੇ ਕੈਨ ਬਾਏ ਦੀਸ ਸਾਈਟਸ ਜਿੱਥੇ ਉਹ ਆਪਣਾ ਬਿਜ਼ਨਸ ਡਿਵੈਲਪ ਕਰ ਸਕਦੇ। ਬਿਲਕੁਲ। ਸੋ ਜਿਵੇਂ ਅਸੀਂ ਗੱਲ ਕਰੇ ਕਿ ਇੱਕ ਪ੍ਰੋਪਰ ਸਟੋਰ ਜਿਵੇਂ ਅਸੀਂ ਕਹਿੰਦੇ ਕਿ ਉਹੀ ਚੀਜ਼ ਹੈਗੀ ਕਿ NRIs ਨੇ ਜੇ ਇਨਵੈਸਟਮੈਂਟ ਕਰਨਾ ਤਦ ਤੁਹਾਡੇ ਕੋਲ ਬਹੁਤ ਤਰ੍ਹਾਂ ਦੇ ਪ੍ਰੋਜੈਕਟ ਹੈ। ਜਿਵੇਂ ਕਿ ਹੋਟਲ ਰੂਮਸ ਦੀ ਗੱਲ ਕੀਤੀ, ਇੱਕ ਬਿਲਕੁਲ ਨਵਾਂ ਕੋਨਸੈਪਟ ਹੈਗਾ ਆ। ਮਾਲਸ ਨੇ ਹੋਰ ਵੀ ਬਿਜ਼ਨਸ ਦੇ ਪਰਪਰ ਤੋਂ ਤੁਸੀਂ ਬਹੁਤ ਜਗ੍ਹਾ 'ਤੇ ਇਨਵੈਸਟ ਕਰ ਸਕਦੇ ਹੋ। ਇਸ ਤੋਂ ਇਲਾਵਾ ਜੇਕਰ ਤੁਸੀਂ ਆਪਣਾ ਘਰ ਲੈਣਾ ਚਾਹੁੰਦੇ ਹੋ, ਫਲੈਟਸ ਲੈਣੇ ਨੇ, ਪਲੋਟਸ ਲੈਣੇ ਨੇ, ਹਰ ਤਰ੍ਹਾਂ ਦਾ ਪ੍ਰੋਜੈਕਟ ਤੁਹਾਨੂੰ ਜਿਹੜਾ GPP ਗਰੁੱਪ ਕੋਲੋਂ ਮਿਲ ਜਾਏਗਾ। ਸੋ ਜਿਵੇਂ ਕਿ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਥੀਮ ਪ੍ਰੋਜੈਕਟ ਬਹੁਤ ਚੱਲ ਰਹੇ ਨੇ, ਅਤੇ ਮੈਂ ਸੁਣਿਆ ਕਿ ਜਿਵੇਂ ਕਿ ਐਥਨਸ ਦੀ ਅਸੀਂ ਉੱਥੇ ਵਿਜ਼ਿਟ ਵੀ ਕੀਤਾ ਹੈ, ਉਹ ਇੱਕ ਅਲੱਗ ਤਰ੍ਹਾਂ ਦਾ ਉੱਥੇ ਥੀਮ ਪੂਰਾ ਰੈਡੀ ਕੀਤਾ ਗਿਆ। ਸੋ ਉਹਦੇ ਬਾਰੇ ਥੋੜ੍ਹਾ ਜਿਹਾ ਐਕਸਪਲੇਨ ਕਰੋ। ਐਥਨਸ ਜਿਹੜਾ ਨਾਮ ਹੈਗਾ, ਉਹ ਨਾਮ ਜਿੱਥੇ ਦੇਖਿਆ ਗ੍ਰੀਸ ਦੇ ਵਿੱਚ ਐਥਨਸ ਹੈਗਾ, ਤਾਂ ਇਸ ਕਰਕੇ ਉਹ ਥੀਮ ਬੇਸਡ ਹੀ ਪ੍ਰੋਜੈਕਟ ਹੈ ਕਿ ਉਹਦਾ ਆਰਕੀਟੈਕਚਰ ਵੀ ਜਿਹੜਾ ਹੈਗਾ ਤੁਹਾਨੂੰ ਉਹਦਾ ਪੰਚਲਾਈਨ ਹੈ ਸਿਟੀ ਵਿਦ ਇਨ ਅ ਸਿਟੀ। ਤਾਂ ਇੱਕ ਜਿਵੇਂ ਅਸੀਂ ਸ਼ਹਿਰ ਦੇ ਵਿੱਚ ਗ੍ਰੀਸ ਵਸਾਉਣ ਦੀ ਕੋਸ਼ਿਸ਼ ਕੀਤੀ ਹੈ, ਅਤੇ ਉਹ 1000 ਜਿਹੜੇ ਅਪਾਰਟਮੈਂਟਸ ਨੇ ਉਹਨਾਂ 'ਚ ਅਸੀਂ ਬੜੇ ਨਵੇਂ ਫੀਚਰਸ ਦਿੱਤੇ ਹਨ, ਜਿਵੇਂ ਹਾਊਸਕੀਪਿੰਗ ਫੈਸਿਲਿਟੀ। ਨੋਰਮਲੀ ਕੀ ਹੁੰਦਾ ਕਿ ਮੈਂ ਬਾਹਰੋਂ ਆਇਆ ਅਤੇ ਮੈਂ ਉੱਥੇ, ਮੇਰੇ ਕੋਲ ਕੋਈ ਮੇਡ ਨਹੀਂ ਹੈਗੀ ਅਤੇ ਮੇਰਾ ਫਲੈਟ ਬੰਦ ਪਿਆ ਸੀਗਾ, ਖਾਣਾ ਕੌਣ ਬਣਾਏਗਾ, ਹੈ ਨਾ, ਸਾਫ਼ ਸਫਾਈ ਕਿੱਦਾਂ ਹੋਏਗੀ, ਜੀ ਜ਼ਿਆਦਾ ਜਨਰਲ ਇਸ਼ੂਜ਼ ਵਿੱਚ ਐਵਰੀਬਡੀ ਫੇਸਿਸ, ਹੈ ਨਾ, ਅਨਲੈਸ ਐਂਡ ਤੁਸੀਂ ਉੱਥੇ ਪਰਮਾਨੈਂਟ ਰਹਿ ਨਹੀਂ ਰਹੇ। ਹਾਊਸਕੀਪਿੰਗ ਫੈਸਿਲਿਟੀ ਉਹ ਜਿਵੇਂ ਤੁਸੀਂ ਹੋਟਲ 'ਚ ਰਹਿ ਰਹੇ ਹੋ, ਇਟ ਇਜ਼ ਜਸਟ ਲਾਈਕ ਦੈਟ, ਕਿ ਤੁਸੀਂ ਰਿਸੈਪਸ਼ਨ 'ਤੇ, ਕਲੱਬ ਦੀ ਰਿਸੈਪਸ਼ਨ 'ਤੇ ਫੋਨ ਕਰੂੰਗਾ ਕਿ ਆਈ ਨੀਡ ਕਿ ਕਲੀਨਿੰਗ ਸਰਵਿਸਿਜ਼ ਵਾਸਤੇ ਮੈਨੂੰ ਜਿਹੜਾ ਹੈਗਾ 1 ਡੇ ਲਈ ਜਾਂ 2 ਡੇ ਲਈ ਜਿਹੜੀ ਹੈਗੀ ਹੈ ਹੈਲਪ ਚਾਹੀਦੀ ਹੈਗੀ ਹੈ, ਦੇ ਵਿਲ ਸੈਂਡ ਸੰਬੋਡੀ ਟੂ ਡੂ ਇਟ ਐਂਡ ਯੂ ਵਿਲ ਪੇ ਫੋਰ ਇਟ। ਸੇਮ ਵੇ ਤੁਹਾਨੂੰ ਖਾਣਾ ਚਾਹੀਦਾ ਹੈ ਤਾਂ ਤੁਸੀਂ ਬੇਸਿਕਲੀ ਉਹਦੇ ਵਿੱਚੋਂ ਇਨ ਹਾਊਸ ਰੈਸਟੋਰੈਂਟ ਦੇ ਵਿੱਚ ਔਡਰ ਕਰ ਸਕਦੇ ਹੋ ਕਿ ਜਿਹੜਾ ਤੁਹਾਨੂੰ ਕੋਈ ਦਾਲ ਮੱਖਣੀ ਤੋਂ ਲੈ ਕੇ ਬਟਰ ਚਿਕਨ ਚਾਹੀਦਾ ਤਾਂ ਤੁਹਾਡੇ ਡੋਰ 'ਤੇ ਡਿਲੀਵਰ ਹੋ ਜਾਏਗਾ। ਸੋ ਪੁਆਇੰਟ ਇਜ਼, ਇਟ ਇਜ਼ ਜਸਟ ਲਾਈਕ ਲਿਵਿੰਗ ਇਨ ਏ ਹੋਟਲ ਬਟ ਇੰਜੋਇੰਗ ਦਾ ਫੈਸਿਲਿਟੀਜ਼ ਆਫ ਐਨ ਅਪਾਰਟਮੈਂਟ ਆਲਸੋ, ਰਾਈਟ, ਕਿ ਉਹਦੇ ਵਿੱਚ ਉਹ ਕੰਫਰਟ ਹੋਏਗਾ, ਉਹਦੇ ਸਾਈਜ਼ ਜਿਹੜੇ ਹੈਗੇ ਆ ਉਹ ਵੱਡਾ ਹੋਏਗਾ, ਹੋਟਲ ਰੂਮ ਥੋੜ੍ਹਾ ਛੋਟਾ ਹੁੰਦਾ। ਸੋ ਇਟ ਇਜ਼ ਏਥਨ ਇੱਕ ਨਵੇਂ ਤਰ੍ਹਾਂ ਦਾ ਕੰਸੈਪਟ ਹੈਗਾ ਜਿਹਦੇ ਵਿੱਚ ਇੰਟਰਨਲ ਮਾਰਕੀਟਸ ਨੇ। ਸਭ ਤੋਂ ਵੱਡੀ ਗੱਲ ਉਹਦੀ ਲੋਕੇਸ਼ਨ ਏਅਰਪੋਰਟ ਰੋਡ 'ਤੇ ਹੈਗੀ ਅਤੇ ਸਾਡੇ ਸਾਹਮਣੇ ਹੀ ਬਿਲਕੁਲ ਜਿਹੜਾ ਹੈਗਾ ਮੈਕਡੋਨਲਡਸ ਵੀ ਹੈਗਾ, KFC, ਬਰਗਰ ਕਿੰਗ, ਡੀਮਾਰਟ, ਵਾਲਮਾਰਟ, ਡੀਕੈਥਲੋਨ, ਸਭ ਕੁਛ ਹੈਗਾ। ਬੜਾ ਸਾਡਾ ਜਿਹੜਾ ਆਪਣਾ ਹੀ ਮੋਲ ਹੈਗਾ ਉਹ ਵੀ ਵਿਦਿਨ 500 ਮੀਟਰ ਹੈ। ਤਾਂ ਮਤਲਬ ਇੱਕ ਇਹੋ ਜਿਹੀ ਲੋਕੇਸ਼ਨ ਹੈ ਜਿੱਥੋਂ ਤੁਹਾਨੂੰ ਕਿਤੇ ਵੀ ਕਿਸੇ ਵੀ ਤਰ੍ਹਾਂ ਦੀ ਨੀਡ ਵਾਸਤੇ, ਚਾਹੇ ਤੁਸੀਂ ਰਾਤ ਨੂੰ ਡਿਸਕ ਜਾਣਾ ਹੋਵੇ, ਚਾਹੇ ਤੁਸੀਂ ਖਾਣਾ ਖਾਣਾ ਹੋਵੇ, ਚਾਹੇ ਤੁਸੀਂ ਮੂਵੀ ਦੇਖਣੀ ਹੋਵੇ, ਜਸਟ ਵਾਕ ਅਵੇ, ਮਤਲਬ ਵਿਦਿਨ ਅ 5 ਮਿੰਟ ਵਾਕ ਯੂ ਕੈਨ ਰੀਚ ਐਨੀਵੇਅਰ। ਸੋ ਦੈਟ ਇਜ਼ ਅ ਪ੍ਰਾਈਮ ਲੋਕੇਸ਼ਨ। ਸੋ ਇਟਸ ਅ ਵੰਡਰਫੁਲ ਕੰਸੈਪਟ ਵਿੱਚ ਵੀ ਹੈਵ ਕ੍ਰੀਏਟਿਡ। ਸੇਮ ਵੇ ਜਿਹੜਾ ਅਸੀਂ ਮੋਲ ਬਣਾ ਰਹੇ ਹਾਂ, ਉਹ ਵੀ ਸੈਂਟਰਮ, ਉਹ ਵੀ ਆਪਣੇ ਇੱਕ ਥੀਮ ਬੇਸਡ ਪ੍ਰੋਡਕਟ ਹੈ ਕਿ ਜਿਹਦੇ ਵਿੱਚ ਤੁਸੀਂ
ਮੈਂ ਬੜੀ 20 ਮੰਜ਼ਲ ਦੇ ਟੋਪ ਦੇ ਉੱਪਰ ਬੈਠ ਕੇ ਖਾਣਾ ਖਾਂਦਾ ਹੁੰਦਾ ਅਤੇ ਇਹਦੇ ਵਿੱਚ ਅਸੀਂ ਟੋਪ ਆਫ ਦਾ ਬਿਲਡਿੰਗ ਇੱਕ ਰੈਸਟੋਰੈਂਟ ਅਤੇ ਬਾਰ ਕ੍ਰੀਏਟ ਕਰੀ ਹੈ। ਇੱਕ ਬਹੁਤ ਵੱਡੀ ਮਾਈਕਰੋ ਗਰੀਵਰੀ ਅਤੇ ਡਿਸਕ ਵਿੱਚ ਆਏਗੀ। ਇਸ ਤੋਂ ਇਲਾਵਾ ਹੋਟਲ ਹੈਗਾ, ਮਲਟੀਪਲੈਕਸ ਹੈਗਾ, ਆਫਿਸਿਸ ਹੈਗੇ ਆ, ਜੂਲਰੀ ਟਾਵਰ ਹੈਗਾ, ਸ਼ੋਪਿੰਗ ਹਰ ਤਰ੍ਹਾਂ ਦੀ ਜਿਹੜੀ ਤੁਸੀਂ ਸੋਚ ਸਕਦੇ ਹੋ ਕਿ ਸਸਤੀ ਮਹਿੰਗੀ ਹੈ ਨਾ, ਉਹ ਜਿਹੜੇ ਇੰਟਰਨੈਸ਼ਨਲ ਬ੍ਰਾਂਡਸ ਹੈਗੇ ਉਹ ਸਭ ਤੁਹਾਨੂੰ ਮਿਲਣਗੇ। ਉਹਦੇ 'ਚ ਮੈਂ ਇੱਕ ਹੋਰ ਚੀਜ਼ ਐਡ ਕਰਨਾ ਚਾਹਾਂਗਾ, ਉਹ 'ਚ ਫਸਟ ਟਾਈਮ ਹੈ ਕਿ ਫੁੱਲੀ ਫਰਨਿਸ਼ਡ ਅਪਾਰਟਮੈਂਟ ਵੀ ਅਵੇਲੇਬਲ ਹੈ। ਨੋਰਮਲੀ ਤੁਸੀਂ ਇੰਡੀਆ 'ਚ ਜਦ ਅਪਾਰਟਮੈਂਟ ਖਰੀਦਦੇ ਹੋ ਤਾਂ ਵਿਦਆਊਟ ਫਰਨੀਚਰ ਹੁੰਦਾ ਹੈ ਨਾ, ਤੁਹਾਡੇ ਦਿਮਾਗ 'ਤੇ 50 ਟੈਨਸ਼ਨਾਂ ਹੁੰਦੀਆਂ ਕਿ ਮੈਂ ਵਾਲਪੇਪਰ ਲਗਾਉਣਾ, ਮੈਂ ਫਰਨੀਚਰ ਕਿੱਥੋਂ ਖਰੀਦੂੰਗਾ, ਮੈਂ ਯੂਟੈਨਲਸ ਕਿੱਦੋਂ ਖਰੀਦਾਂਗਾ। ਤਾਂ ਉਹਦੇ ਵਿੱਚ ਬਹੁਤ ਦਾ ਚੋਇਸਿਸ ਆਰ ਅਵੇਲੇਬਲ ਇਫ ਯੂ ਵਾਂਟ ਟੂ ਬਾਏ ਇਟ ਐਜ਼ ਇਟ ਇਜ਼। ਜਿਵੇਂ ਦਾ ਸੈਂਪਲ ਫਲੈਟ ਹੈਗਾ ਤਾਂ ਯੂ ਕੈਨ ਬਾਏ ਲਾਈਕ ਦੈਟ ਆਲਸੋ ਵਿਦ ਕੰਪਲੀਟ ਫਰਨੀਚਰ ਇਨ ਪਲੇਸ। ਜਸਟ ਤੁਸੀਂ ਜਿਵੇਂ ਹੋਟਲ 'ਚ ਕੱਪੜੇ ਲੈ ਕੇ ਆਉਂਦੇ, ਤੁਸੀਂ ਕੱਪੜੇ ਲੈ ਕੇ ਆਉਣਾ ਅਤੇ ਆਪਣਾ ਤੁਸੀਂ ਲਾਈਫ ਇੰਜੋਏ ਕਰ ਸਕਦੇ ਹੋ। ਐਂਡ ਐਟ ਦ ਸੇਮ ਟਾਈਮ ਅਗਰ ਤੁਸੀਂ ਅਨਫਿਨਿਸ਼ਡ ਲੈਣਾ ਉਹ ਵੀ ਲੈ ਸਕਦੇ ਹੋ। ਸੋ ਜਿਵੇਂ ਕਿ ਏਥਨਸ ਦੀ ਅਸੀਂ ਗੱਲ ਕੀਤੀ ਹੈ ਕਿ ਇਹਦੀ ਲੋਕੈਲਿਟੀ ਬੜੀ ਅੱਛੀ ਹੈਗੀ ਹੈ ਨਾ, ਸਿਕਿਉਰਿਟੀ ਪਰਪਸ ਤੋਂ ਹਰ ਕੁਛ ਤੁਸੀਂ ਐਕਸਪਲੇਨ, ਬਾਕੀ ਵੀ ਜਿਹੜੇ ਪ੍ਰੋਜੈਕਟ ਨੇ, ਕਿਉਂਕਿ NRI ਆਡੀਅੰਸ ਦੀ ਗੱਲ ਕੀਤੀ ਜਾਏ, ਚਾਹੇ ਨੋਰਮਲ ਆਪਾਂ ਇੱਥੋਂ ਪੰਜਾਬ ਦੀ ਇੰਡੀਆ ਦੀ ਵੀ ਗੱਲ ਕਰੀਏ, ਹਰ ਕਿਸੇ ਨੂੰ ਸਿਕਿਉਰਿਟੀ ਵੀ ਚਾਹੀਦੀ ਹੁੰਦੀ ਆ ਅਤੇ ਨਾਲ ਦੀ ਨਾਲ ਉਹਨਾਂ ਨੇ ਇਹ ਦੇਖਣਾ ਹੁੰਦਾ ਕਿ ਲੋਕੇਸ਼ਨ, ਜਦੋਂ ਅਸੀਂ ਬਾਹਰ ਨਿਕਲੀਏ ਬਾਹਰ ਵੀ ਸਾਨੂੰ ਇੱਕ ਅੱਛੀ ਵਾਲੀ ਲੋਕੇਸ਼ਨ ਨਜ਼ਰ ਆਵੇ। ਸੋ ਇਹਦੇ ਬਾਰੇ ਥੋੜ੍ਹਾ ਜਿਹਾ ਦੱਸੋ ਕਿ ਕਿੱਦਾਂ ਦੀ ਸਿਕਿਉਰਿਟੀ, ਕਿੱਦਾਂ ਦੀ ਲੋਕੇਸ਼ਨ। ਹਰ ਪ੍ਰੋਜੈਕਟ ਦੇ ਵਿੱਚ ਅਸੀਂ ਜਿਹੜੀ ਹੈਗੀ 3-wall ਸਿਕਿਉਰਿਟੀ ਕ੍ਰੀਏਟ ਕੀਤੀ ਹੈ ਕਿ ਬਾਉਂਡਰੀ ਵਾਲ ਕੰਪਲੈਕਸਿਸ ਨੇ। ਐਟ ਦ ਸੇਮ ਟਾਈਮ ਐਂਟਰੀ ਦੇ ਉੱਪਰ ਹੀ ਪ੍ਰੋਪਰ ਸਿਕਿਉਰਿਟੀ ਗਾਰਡਸ ਹੋਣਗੇ ਅਤੇ ਕੈਮਰਾਜ਼ ਲੱਗੇ ਹੋਣਗੇ। ਸਾਰੀ ਮੇਨ ਲੋਕੇਸ਼ਨ ਜਿਵੇਂ ਪਾਰਕ ਹੋ ਗਏ, ਦੇ ਵਿਲ ਆਲਸੋ ਵੀ ਕਵਰਡ ਅੰਡਰ ਦਾ ਕੈਮਰਾਜ਼ ਐਂਡ ਆਲ ਦੈਟ। ਬਿਸਾਈਡਸ ਦੈਟ ਉਹਦੇ ਵਿੱਚ ਜਿਹੜਾ ਐਂਟਰੀ ਚੈੱਕ ਪੁਆਇੰਟਸ ਨੇ, ਜਿਵੇਂ ਟਾਊਨਸ਼ਿਪ ਤੁਸੀਂ ਐਂਟਰ ਕਰਦੇ ਹੋ ਤਾਂ ਪ੍ਰੋਪਰ ਰਜਿਸਟਰ ਦੇ ਵਿੱਚ ਐਂਟਰੀ ਕਰਨ ਤੋਂ ਬਾਅਦ ਹੀ ਤੁਸੀਂ ਉਹਦੇ ਵਿੱਚ ਐਂਟਰ ਕਰ ਸਕਦੇ ਹੋ। ਇਟ ਇਸ ਨੋਟ ਐਨੀ ਬੋਡੀ ਇਜ਼ ਕਮਿੰਗ। ਨੋਰਮਲੀ ਗਵਰਮੈਂਟ ਪ੍ਰੋਜੈਕਟ 'ਚ ਕੀ ਹੁੰਦਾ ਕਿ ਬਾਉਂਡਰੀ ਵਾਲ ਨਹੀਂ ਹੁੰਦੀ, ਓਪਨ ਰਸਤੇ ਹੁੰਦੇ ਹੈ, ਤੁਸੀਂ ਬਾਹਰ ਜਾਂਦੇ ਹੋ ਚੋਰੀ ਹੋਣ ਦਾ ਖਤਰਾ ਜਿਹੜਾ ਹੈਗਾ ਬਣਿਆ ਰਹਿੰਦਾ ਹੈ, ਤਾਂ ਉਹ ਚੀਜ਼ਾਂ ਨੂੰ ਬੜਾ ਇਨਸ਼ੋਰ ਕੀਤਾ ਗਿਆ। ਦੂਸਰੀ ਚੀਜ਼ ਸਿਕਿਉਰਿਟੀ ਫਰੋਮ ਦ ਇਨਵੈਸਟਮੈਂਟਸ ਪਰਸਪੈਕਟਿਵ ਕਿ ਮੈਂ ਪੈਸਾ ਲਾ ਰਿਹਾ ਕੱਲ੍ਹ ਨੂੰ ਬਿਲਡਰ ਟਾਈਮ 'ਚ ਡਿਲੀਵਰ ਕਰੇਗਾ ਕਿ ਨਹੀਂ ਕਰੇਗਾ, ਹੈ ਨਾ, ਮੈਂ ਜੋ ਚੀਜ਼ ਮੈਨੂੰ ਦਿਖਾਈ ਜਾ ਰਹੀ ਉਹ ਮਿਲੇਗੀ ਕਿ ਨਹੀਂ ਮਿਲੇਗੀ, ਪ੍ਰੋਡਕਟ ਦੇ ਵਿੱਚ ਜਿਹੜੇ ਹੈਗੇ ਜਿਹੜੀ ਚੀਜ਼ਾਂ ਕਮਿਟ ਕੀਤੀਆਂ ਗਈਆਂ ਸੀ, ਫੀਚਰ ਜਿਹੜੇ ਉਹ ਦੱਸੇ ਗਏ ਆ ਉਹ ਹੋਣਗੇ ਕਿ ਨਹੀਂ ਹੋਣਗੇ, ਉਹਨਾਂ ਸਾਰੀ ਚੀਜ਼ਾਂ ਨੂੰ ਅਸੀਂ ਵੀ ਐਥੀਕਲੀ ਮੰਨ ਕੇ ਚੱਲਦੇ ਹਾਂ ਕਿ ਅਸੀਂ ਜਿਹੜਾ ਹੈਗਾ ਇਨਸ਼ੋਰ ਕਰਨਾ ਹੈ, ਜੋ ਅਸੀਂ ਕਸਟਮਰ ਨੂੰ ਲਿਖ ਕੇ ਦਿੱਤਾ ਜਾਂ ਬੋਲਿਆ ਉਹ ਆਪਾਂ ਪੂਰਾ ਕਰਨਾ। ਐਟ ਦ ਸੇਮ ਟਾਈਮ ਹੁਣ ਇੰਡੀਆ ਦੇ ਵਿੱਚ ਇੱਕ ਬੜਾ ਵਧੀਆ ਲਾਅ ਆਇਆ ਰਹਿਰਾ, ਰੀਅਲ ਸਟੇਟ ਰੈਗੂਲੇਟਰੀ ਐਕਟ, ਜਿਹੜਾ ਕਿ ਗਵਰਨਮੈਂਟ ਲੈ ਕੇ ਆਈ ਹੈ। ਉਹਦੇ ਵਿੱਚ ਸਾਨੂੰ ਹਰ ਚੀਜ਼ ਐਗਰੀਮੈਂਟ 'ਚ ਡਿਫਾਈਨ ਕਰਨੀ ਪੈਂਦੀ ਹੈ ਕਿ ਤੁਹਾਡਾ ਕਾਰਪਟ ਏਰੀਆ ਕਿੰਨਾ, ਸੁਪਰ ਏਰੀਆ ਕਿੰਨਾ, ਡੇਟ ਆਫ ਡਿਲੀਵਰੀ ਕੀ ਹੋਏਗੀ, ਕੀ ਉਹਦੀ ਸਪੈਸੀਫਿਕੇਸ਼ਨਸ ਹੋਣਗੀਆਂ, ਪ੍ਰੋਡਕਟ ਦੀ ਫੀਚਰਸ ਕੀ ਹੋਣਗੇ, ਪੈਨਲਟੀ ਕਲੋਜ਼ ਕੀ ਹੋਊਗੀ ਅਗਰ ਟਾਈਮਲੀ ਡਿਲੀਵਰ ਨਹੀਂ ਹੁੰਦਾ। ਐਂਡ ਐਟ ਦ ਸੇਮ ਟਾਈਮ ਉਹਦੇ ਵਿੱਚ ਪੂਰਾ ਇੱਕ ਜਿਹੜਾ ਹੈਗਾ ਸਿਸਟਮ ਹੈਗਾ ਕਿ ਰੈਰਾ ਦੀ ਆਪਣੀ ਇੰਟਰਨਲ ਕੋਰਟਸ ਨੇ, ਅਗਰ ਕੋਈ ਕਸਟਮਰ ਡਿਸਸੈਟਿਸਫਾਈਡ ਹੈ ਤਾਂ ਉਹਦੇ ਵਿੱਚ ਅਪਲਾਈ ਕਰ ਸਕਦਾ, ਗਵਰਨਮੈਂਟ ਨੂੰ ਲਿਖ ਸਕਦਾ ਕਿ ਮੈਨੂੰ ਜਿਹੜਾ ਹੈਗਾ ਜਸਟਿਸ ਦਿੱਤਾ ਜਾਵੇ ਕਿ ਮੇਰੇ ਜਿਹੜੇ ਹੈਗੇ ਮੈਂ ਜਿਸ ਟਰਮਸ ਦੇ ਉੱਪਰ ਪੈਸਾ ਲਗਾਇਆ ਸੀ ਉਹ ਚੀਜ਼ਾਂ ਨਹੀਂ ਪੂਰੀਆਂ ਹੋ ਰਹੀਆਂ। ਉਹਦੇ 'ਚ ਉਹ ਬਿਲਡਰਸ ਨੂੰ ਪੁੱਲ ਅਪ ਕਰਦੇ ਨੇ, ਉਹਨਾਂ ਨੂੰ ਕਾਫੀ ਹੈਵੀ ਪੈਨਲਟੀ, ਅਪ ਟੂ 5% ਆਫ ਦਾ ਪ੍ਰੋਜੈਕਟ ਕੋਸਟ ਕੈਨ ਬੀ ਡਨ। ਐਟ ਦ ਸੇਮ ਟਾਈਮ ਜਿਹੜਾ ਹੈਗਾ ਉਹਦਾ ਸੋਲਿਊਸ਼ਨ ਵੀ ਬੜਾ ਫਾਸਟ ਹੈ। ਇਟ ਇਜ਼ ਅਨਲਾਈਕ ਨੋਰਮਲ ਸਿਵਲ ਕੋਰਟ 'ਚ ਕੀ ਹੁੰਦਾ ਸੀ, 2-3 ਸਾਲ ਤੱਕ ਲੋਕ ਜਿਹੜੇ ਹੈਗੇ ਹੈ ਲੜਦੇ ਰਹਿੰਦੇ ਸੀਗੇ। ਰੈਰਾ ਦੇ ਵਿੱਚ ਜਿਹੜਾ ਹੈਗਾ ਆਲਮੋਸਟ 3-6 ਮਹੀਨੇ ਦੇ ਵਿੱਚ ਹਰ ਕੇਸ ਸੋਰਟ ਆਊਟ ਹੋਏਗਾ, ਬਿਕੋਜ਼ ਦੇ ਹੈਵ ਮੇਡ ਦੇਅਰ ਇੰਟਰਨਲ ਬੋਡੀ ਫੋਰ ਦ ਸੇਮ। ਸੋ ਪੁਆਇੰਟ ਇਜ਼ ਇਹ ਦੁਬਈ ਦੇ ਰਹਿਰਾ ਤੋਂ ਇਹਨਾਂ ਨੇ ਚੱਕਿਆ ਹੈਗਾ, ਜਿਹੜਾ ਦੁਬਈ ਦੇ ਵਿੱਚ ਸੇਮ ਰੈਗੂਲੇਟਰੀ ਐਕਟ ਹੈ। ਯੂ ਕੈਨ ਵੈਰੀ ਵੈਲ ਇਮੈਜਿਨ ਕਿ ਦੁਬਈ ਕਿੰਨਾ ਸਟ੍ਰਿਕਟ ਹੈ ਇਨ ਟਰਮਸ ਆਫ ਕਿਸੇ ਵੀ ਲਾਅ ਦੇ ਰਿਗਾਰਡਿੰਗ। ਤਾਂ ਇੰਡੀਆ ਦੇ ਵਿੱਚ ਇੱਕ ਅੱਛੀ ਚੀਜ਼ ਹੋਈ ਹੈ ਕਿ ਹੁਣ ਜਿਹੜਾ ਹੈਗਾ ਹੌਲੀ ਹੌਲੀ ਰੈਗੂਲੇਟਰੀ ਬੋਡੀਜ਼, ਚਾਹੇ ਉਹ ਟੈਲੀਕੋਮ 'ਚ ਹੈ, ਚਾਹੇ ਉਹ ਇੰਸ਼ੋਰੈਂਸ 'ਚ ਹੈ, ਚਾਹੇ ਉਹ ਬੈਂਕਿੰਗ 'ਚ ਹੈ, ਚਾਹੇ ਉਹ ਬੇਸਿਕਲੀ ਰੀਅਲ ਸਟੇਟਸ ਨੇ, ਉਹ ਆ ਗਈ ਨਹੀਂ ਹੈ ਜਿਵੇਂ ਇੰਟਰਨੈਸ਼ਨਲ ਲੈਵਲ 'ਤੇ ਕੰਮ ਕਰਦੀਆਂ। ਇਹਦੇ ਨਾਲ ਕਸਟਮਰ ਬਹੁਤ ਸੇਫ ਐਂਡ ਸਿਕਿਓਰ ਫੀਲ ਕਰ ਸਕਦਾ। ਅਤੇ ਅੱਜ ਦੀ ਗੱਲ ਹੈ ਜਿਹੜੀ ਇਹ ਹੈ ਕਿ ਹੁਣ ਬਿਲਡਰਸ ਵੀ ਅਤੇ ਇੰਡਸਟਰੀਲਿਸਟ ਵੀ ਕਾਫੀ ਪ੍ਰੋਫੈਸ਼ਨਲ ਹੋ ਗਏ ਨੇ, ਬਿਕੋਜ਼ ਅੱਜ ਨਵੀਂ ਜਿਹੜੀ ਜਨਰੇਸ਼ਨ ਹੈਗੀ ਹੈ ਉਹ ਬਿਲੀਵ ਕਰਦੀ ਹੈ ਕਾਫੀ ਲੰਬੀ ਵਿਜ਼ਨ ਦੇ ਉੱਪਰ, ਹੈ ਨਾ, ਅਤੇ ਕਸਟਮਰ ਪੜ੍ਹਿਆ ਲਿਖਿਆ ਹੈਗਾ। ਸੋ ਵੀ ਡੋਂਟ ਵਾਂਟ ਐਨੀਵੇਅਰ ਕਿ ਜਿੰਨਾ ਅਸੀਂ ਇੰਨੀ ਮਿਹਨਤ ਕੀਤੀ ਹੈ ਟਰੱਸਟ ਬਣਾਉਣ ਦੇ ਵਿੱਚ ਇਸ ਲੈਵਲ 'ਤੇ ਪਹੁੰਚਣ ਵਾਸਤੇ, ਕਿਸੇ ਵੀ ਛੋਟੀ ਜਿਹੀ ਗਲਤੀ ਕਰਕੇ ਉਹ ਟਰੱਸਟ ਜਿਹੜਾ ਹੈਗਾ ਸ਼ੇਕਅਪ ਹੋਵੇ ਜਾਂ ਕਿਤੇ ਵੀ ਸਾਨੂੰ ਜਿਹੜਾ ਹੈਗਾ ਉਹ ਆਪਣੀ ਅੱਖਾਂ ਚੁਕਾਉਣੀਆਂ ਪੈਣ। ਸੋ ਇਸ ਕਰਕੇ ਆਈ ਥਿੰਕ ਹੁਣ ਆਉਣ ਵਾਲਾ ਟਾਈਮ ਬਹੁਤ ਵਧੀਆ ਟਾਈਮ ਹੈ, ਅਤੇ ਸਿਕਿਉਰਿਟੀ ਸੇਫਟੀ ਜਿਹੜੀ ਹੈਗੀ ਹੈ ਉਹ ਲੀਗਲੀ ਵੀ ਇਨਸ਼ੋਰ ਹੋ ਗਈ ਹੈ, ਅਤੇ ਪਰਸਨਲ ਲੈਵਲ ਦੇ ਉੱਪਰ ਵੀ ਬਿਲਡਰਸ ਵੀ ਅੱਜ ਡੇਟ 'ਚ ਬਹੁਤ ਕੌਨਸ਼ੀਅਸ ਨੇ। ਬਿਲਕੁਲ, ਕਿਉਂ ਅਸੀਂ ਕਹਿ ਸਕਦੇ ਹਾਂ ਕਿ ਹੁਣ ਆਈਜ਼ ਕਲੋਜ਼ ਕਰਕੇ ਤੁਸੀਂ ਟਰੱਸਟ ਕਰ ਸਕਦੇ ਹੋ, ਕਿਉਂਕਿ ਇੱਕ ਕਿਸੇ ਨੇ ਵੀ ਇਨਵੈਸਟ ਕਰਨਾ, ਉਹਨਾਂ ਦੀ ਮਿਹਨਤ ਦੀ ਕਮਾਈ ਹੁੰਦੀ ਹੈ ਜਦੋਂ, ਅਤੇ ਪਰ ਹਰ ਕੋਈ ਡਰ ਜਾਂਦਾ, ਕਿਉਂਕਿ ਪਿੱਛੇ ਜੇ ਆਪਾਂ ਦੇਖੀਏ ਤਾਂ ਬਹੁਤ ਸਾਰੇ ਰਿਊਮਰਸ ਜਾਂ ਬਹੁਤ ਸਾਰੀਆਂ ਨਿਊਜ਼ ਆਉਂਦੀਆਂ, ਉਹਨਾਂ ਨੂੰ ਦੇਖ ਦੇਖ ਕੇ NRI ਆਡੀਅੰਸ ਵੀ ਡਰੀ ਹੁੰਦੀ ਹੈ ਕਿ ਅਸੀਂ ਇੰਡੀਆ ਦੇ ਵਿੱਚ ਕਿੱਦਾਂ ਇਨਵੈਸਟ
ਸਾਨੂੰ ਡਰਨ ਦੀ ਬਿਲਕੁਲ ਜ਼ਰੂਰਤ ਨਹੀਂ। ਈਵਨ ਅਸੀਂ ਇਹਦੇ ਵਿੱਚ ਇੱਕ ਚੀਜ਼ ਹੋਰ ਇਨਸ਼ੋਰ ਕਰ ਰਹੇ ਹਾਂ, ਜਿਵੇਂ ਹੁਣ ਅਸੀਂ ਕੈਨੇਡਾ ਵਿੱਚ ਮਾਰਕੀਟ ਕਰਨੀ ਹੈ ਤਾਂ ਕੰਪਨੀਜ਼ ਲਾਈਕ ਰੀਮੈਕਸ ਜਿਹੜੀ ਕਿ ਉੱਥੇ ਆਲਮੋਸਟ ਕਾਫੀ ਵੱਡਾ ਨਾਮ ਹੈ, ਉਹਨਾਂ ਨਾਲ ਅਸੀਂ ਟਾਈਪ ਕਰ ਰਹੇ ਹਾਂ ਸੋ ਦੈਟ ਦੇ ਵਿਲ ਆਲਸੋ ਵੀ ਦਾ ਲੋਕਲ ਗਰੰਟੀ ਦੇਅਰ ਕਾਇੰਡ ਆਫ ਕਿ ਜਿਹੜੇ ਅਗਰ ਐਡੀ ਵੱਡੀ ਜਿਹੜੀ ਉੱਥੇ ਦੀ ਚੇਂਜ ਨੇ ਸਾਡੇ ਨਾਲ ਟਾਈਪ ਕਰਨੀ ਹੈ ਫੋਰ ਸੈਲਿੰਗ ਤਾਂ ਆਟੋਮੈਟਿਕ ਬ੍ਰਾਂਡ ਦੀ ਕ੍ਰੈਡੀਬਿਲਟੀ ਨੂੰ ਉਹ ਦਰਸਾਉਂਦੀਆਂ ਹੈਗੀਆਂ। ਦੂਸਰਾ ਹੁਣ US ਦੀ ਕਾਫੀ ਕੰਪਨੀਜ਼ ਨੇ ਇੰਡੀਆ ਦੇ ਵਿੱਚ FDI 'ਚ ਇਨਵੈਸਟ ਕੀਤਾ, ਜਿਵੇਂ ਚੰਡੀਗੜ੍ਹ ਦਾ ਇਲਾਂਤੇ ਮਾਲ ਬਲੈਕ ਸਟੋਨ ਨੇ ਖਰੀਦਿਆ, ਮੈਂ ਦੁਬਈ ਦੇ ਵਿੱਚ ਦੇਖ ਰਿਹਾ ਸੀਗਾ ਉਹਨਾਂ ਨੇ ਕਾਫੀ ਮੇਜਰ ਇਨਵੈਸਟਮੈਂਟ ਕੀਤੀ ਹੈ, ਪਰ ਹੁਣ ਇੰਡੀਆ ਦੇ ਵਿੱਚ ਉਸ ਤੋਂ ਜ਼ਿਆਦਾ ਇਨਵੈਸਟਮੈਂਟ ਕਰ ਰਹੇ ਹੈ। ਬੋਂਬੇ ਦੇ ਵਿੱਚ ਜਿੱਥੇ ਅਸੀਂ ਤਾਜ ਦੀ ਬਿਲਡਿੰਗ 'ਚ ਗਏ ਅਤੇ ਉਹ ਵੀ ਬਿਲਡਿੰਗ ਜਿਹੜੀ ਹੈਗੀ ਹੈ ਬਲੈਕ ਸਟੋਨ ਨੇ US ਦੀ ਕੰਪਨੀ ਨੇ ਖਰੀਦੀ ਹੈ। ਸੋ ਆਟੋਮੈਟਿਕਲੀ ਅਗਰ FDI ਆਉਣੀ ਸ਼ੁਰੂ ਹੋ ਗਈ ਇੰਡੀਆ ਦੇ ਵਿੱਚ ਤਾਂ ਉਹ ਜਦ ਉਹਨਾਂ ਨੂੰ ਸਿਕਿਉਰਿਟੀ ਫੀਲ ਹੋਈ ਹੈ ਜਾਂ ਸੇਫਟੀ ਮਹਿਸੂਸ ਹੋਈ ਹੈ ਤਾਂ ਹੀ ਰੀਅਲ ਸਟੇਟ ਵਿੱਚ FDI ਆ ਰਹੀ ਹੈ। ਈਵਨ ਫੰਡਿੰਗ ਵੀ ਜਿਹੜੀ ਹੈਗੀ ਹੈ ਬਿਲਡਰਸ ਵਾਸਤੇ ਬਾਹਰੋਂ ਆਉਣੀ ਸ਼ੁਰੂ ਹੋ ਗਈ ਹੈ। ਤੋ ਇੱਕ ਬੜਾ ਅੱਛਾ ਸਿਨੈਰੀਓ ਹੈ ਕਿ ਸਾਡੀ ਜਿਹੜੀ ਮਾਰਕੀਟ ਹੈ ਗਲੋਬਲਾਈਜ਼ਡ ਹੋ ਰਹੀ ਹੈ, ਜਿਹਦੇ ਵਿੱਚ ਗਲੋਬਲ ਇਨਵੈਸਟਰ ਵੀ ਆ ਰਿਹਾ ਅਤੇ ਪੈਸਾ ਵੀ ਆ ਰਿਹਾ। ਸੋ ਜੇਕਰ ਤੁਸੀਂ ਰਹਿਣ ਦੇ ਪਰਪਸ ਤੋਂ ਆਪਣਾ ਕੋਈ ਫਲੈਟ ਅਪਾਰਟਮੈਂਟ ਲੈਣਾ ਪਲੋਟ ਲੈਣੇ ਤਦ ਵੀ ਫੈਸਿਲਿਟੀਜ਼ ਸਾਰੀਆਂ ਅਵੇਲੇਬਲ ਨੇ, ਬਲਕਿ ਕੋਈ ਵੀ ਇਨਵੈਸਟਮੈਂਟ ਕਰਨੀ ਹੈ ਤਦ ਵੀ GPP ਗਰੁੱਪ ਕੋਲ ਬਹੁਤ ਸਾਰੀਆਂ, ਆਪਾਂ ਇੱਕ ਨਹੀਂ ਕਹਿ ਸਕਦੇ, ਦੋ ਨਹੀਂ ਕਹਿ ਸਕਦੇ, ਬਹੁਤ ਸਾਰੀਆਂ ਆਪਸ਼ਨਸ ਨੇ। ਸੋ ਅਸੀਂ ਪ੍ਰੋਜੈਕਟ ਦੀ ਗੱਲ ਵੀ ਹੋ ਗਈ, ਸਭ ਗੱਲਬਾਤ ਹੋ ਗਈ, ਪਰ ਹੁਣ ਇਹਦੇ ਅਸੀਂ ਦੱਸੋ ਕਿ NRI ਆਡੀਅੰਸ ਕਿਸ ਤਰ੍ਹਾਂ ਤੁਹਾਡੇ ਨਾਲ, ਮਤਲਬ ਕਿ ਫੈਸਿਲਿਟੀਜ਼ ਉਹਨਾਂ ਨੂੰ ਕਿਸ ਤਰ੍ਹਾਂ ਮਿਲ ਸਕਦੀ ਹੈ, ਕਿੱਦਾਂ ਤੁਹਾਡੇ ਨਾਲ ਲਿੰਕ ਜਾ ਸਕਦੇ ਹੈ? ਇਹਦੇ ਵਿੱਚ ਦੋ ਤਿੰਨ ਚੀਜ਼ਾਂ ਨੇ, ਇੱਕ ਤਾਂ ਬੇਸਿਕਲੀ ਸਾਡੀ ਵੈਬਸਾਈਟ 'ਤੇ ਜਾ ਸਕਦੇ ਨੇ GBPGroup.in। ਦੂਸਰਾ ਜਿਹੜਾ ਹੈਗਾ ਜਿਵੇਂ ਸਾਡਾ ਫੇਸਬੁੱਕ ਪੇਜ ਹੈਗਾ ਅਤੇ ਯੂਟਿਊਬ ਦੇ ਉੱਪਰ ਵੀ ਕਾਫੀ ਵੀਡੀਓਜ਼ ਹੈਗੀਆਂ, ਤੁਸੀਂ ਉਹਨੂੰ ਲਾਈਕ ਕਰ ਸਕਦੇ ਹੋ ਅਤੇ ਉੱਥੇ ਸਬਸਕ੍ਰਾਈਬ ਕਰ ਸਕਦੇ ਹੋ। ਮੋਰ ਸੋ ਜਿਵੇਂ ਸਾਡੇ ਫੋਨ ਨੰਬਰਸ ਜਿਹੜੇ ਕਿ ਸਕਰੀਨ 'ਤੇ ਡਿਸਪਲੇ ਹੋ ਰਹੇ ਹੈ, ਇਹਨਾਂ ਦੇ ਉੱਪਰ ਤੁਸੀਂ ਸਾਨੂੰ ਮੈਸੇਜ ਡ੍ਰੌਪ ਕਰ ਸਕਦੇ ਹੋ ਤਾਂ ਕਿ ਜਿਹੜਾ ਤੁਹਾਡਾ ਰਾਤ ਅਤੇ ਦਿਨ ਦਾ ਅਗਰ ਇਸ਼ੂ ਹੈਗਾ ਤਾਂ ਸਵੇਰੇ ਉੱਠ ਕੇ ਜਿਹੜਾ ਰਿਪ੍ਰੈਜੈਂਟੇਟਿਵ ਹੈਗਾ ਉਹਨਾਂ ਨੂੰ ਕਾਲ ਕਰ ਸਕਦਾ ਉਹਨਾਂ ਦੇ ਟਾਈਮ ਦੇ ਹਿਸਾਬ ਨਾਲ। ਮੋਰ ਸੋ ਮੈਂ ਟਰੈਵਲ ਕਰਦਾ ਰਹਿੰਦਾ, ਜਿਵੇਂ ਮੈਂ ਹਰ 3 ਮਹੀਨੇ ਬਾਅਦ USA ਕੈਨੇਡਾ ਜਾਂ ਆਸਟ੍ਰੇਲੀਆ ਸਿੰਗਾਪੁਰ ਡਿਫਰੈਂਟ ਕੰਟਰੀਜ਼ ਦੇ ਵਿੱਚ ਵੀ ਬਹੁਤ ਸਾਡੇ ਸੈਮੀਨਾਰਸ ਹੁੰਦੇ ਨੇ, ਕਾਫੀ ਕਸਟਮਰ ਸਾਡੇ ਉੱਥੇ ਆਲਰੇਡੀ ਹੈਗੇ ਨੇ ਅਤੇ ਉਹਨਾਂ ਨੂੰ ਜਾ ਕੇ ਮੈਂ ਉੱਥੇ ਵੀ ਐਡਰੈਸ ਕਰਦਾ ਸੋ ਦੈਟ ਕਿ ਜਿੱਥੇ ਕਿਸੇ ਦੀ ਵੀ ਕੋਈ ਕੁਐਰੀ ਹੈਗੀ ਹੈ ਤਾਂ ਦੇ ਕੈਨ ਬੇਸਿਕਲੀ ਡਿਸਕਸ ਇਟ ਵਿਦ ਮੀ ਅਤੇ ਉਹ ਮੈਨੂੰ ਉੱਥੇ ਟੱਚ ਬੇਸ ਕਰ ਸਕਦੇ ਹੈ ਅਤੇ ਆਪਾਂ ਉਹਨਾਂ ਨਾਲ ਬੈਠ ਕੇ ਡੀਲ ਕਲੋਜ਼ ਵੀ ਕਰ ਸਕਦੇ ਹਾਂ। ਮੋਰ ਸੋ ਜਿਹੜਾ ਹੈਗਾ ਸਾਡਾ ਇੱਕ ਸਪੈਸ਼ਲ ਵਿੰਗ ਹੈਗਾ ਜਿਹੜਾ ਕਿ NRI ਬਿਜ਼ਨਸ ਨੂੰ ਦੇਖਦਾ ਹੈਗਾ, ਉਹਦੇ ਵਿੱਚ ਮੈਂ ਉਹਨਾਂ ਦਾ ਵੀ ਜਿਹੜਾ ਹੈਗਾ ਤੁਹਾਨੂੰ ਫੋਨ ਨੰਬਰ ਜਿਹੜਾ ਹੈਗਾ ਦੇ ਦਾਂਗਾ ਜਿਹੜਾ ਕਿ ਆਪਾਂ ਡਿਸਪਲੇ ਕਰ ਸਕਦੇ ਹਾਂ। ਸੋ ਅਕੋਰਡਿੰਗਲੀ ਤੁਸੀਂ ਕਿਸੇ ਵੀ ਸਟੇਜ 'ਤੇ ਆ ਕੇ ਉਹਨਾਂ ਨੂੰ ਮੈਸੇਜ ਲੀਵ ਕਰੋ ਅਤੇ ਉਹ ਤੁਹਾਨੂੰ ਪ੍ਰੋਜੈਕਟਸ ਦੇ ਬਾਰੇ, ਕੰਪਨੀ ਦੇ ਬਾਰੇ, ਆਪਸ਼ਨਸ ਦੇ ਬਾਰੇ ਸਾਰੀ ਜਾਣਕਾਰੀ ਦੇ ਦੇਣਗੇ। ਐਂਡ ਸਭ ਤੋਂ ਵੱਡੀ ਗੱਲ, ਜਿਹੜੇ ਉਹਨਾਂ ਦੇ ਲੋਕਲ ਰਿਸ਼ਤੇਦਾਰ ਨੇ ਅਗਰ ਉਹ ਚਾਹੁੰਦੇ ਹੈ ਕਿ ਉਹ ਫਿਜ਼ੀਕਲੀ ਉਹਨਾਂ ਸਾਰੀ ਚੀਜ਼ਾਂ ਨੂੰ ਦੇਖਣਾ ਚਾਹੁੰਦੇ ਹੈ, ਕੰਪਨੀ ਦੀ ਰੈਪੂਟੇਸ਼ਨ ਜਾਣਨਾ ਚਾਹੁੰਦੇ ਹੈ, ਤਾਂ ਉਹਨਾਂ ਨਾਲ ਟੈਲੀਫੋਨ 'ਤੇ ਗੱਲ ਕਰ ਸਕਦੇ ਨੇ, ਉਹ ਸਾਡੇ ਕੋਲ ਵਿਜ਼ਿਟ ਕਰ ਸਕਦੇ ਨੇ ਜਾਂ ਅਸੀਂ ਉਹਨਾਂ ਨੂੰ ਆਪਣਾ ਰੈਪ੍ਰੈਜੈਂਟੇਟਿਵ ਉਹਨਾਂ ਦੇ ਘਰ ਭੇਜ ਸਕਦੇ ਨੇ ਤਾਂ ਕਿ ਉਹਨਾਂ ਨੂੰ ਚੰਗੀ ਤਰ੍ਹਾਂ ਸਮਝਾ ਸਕੇ। ਐਂਡ ਅਸੀਂ ਇੱਕ ਚੀਜ਼ ਹੋਰ ਵੀ ਕਰ ਸਕਦੇ ਹਾਂ ਕਿ ਜਿਹੜੇ ਸਾਡੇ ਐਗਜ਼ਿਸਟਿੰਗ ਕਸਟਮਰਸ ਹੈ ਉਹਨਾਂ ਦਾ ਵੀ ਅਸੀਂ ਉਹਨਾਂ ਨੂੰ ਕੱਲ੍ਹ ਨੂੰ ਫਿਊਚਰ 'ਚ ਰੈਫਰੈਂਸ ਦੇ ਸਕਦੇ ਹਾਂ ਕਿ ਜੋ ਕੋਈ ਇੰਟਰਸਟਿਡ ਸੋ ਦੈਟ ਕਿ ਆਪਣਾ ਉਹ ਮਨ ਟਿਕਾਉਣ ਵਾਸਤੇ ਉਹਨਾਂ ਨਾਲ ਗੱਲ ਕਰ ਸਕਦੇ ਹਾਂ। ਬਿਕੋਜ਼ ਮੈਂ ਜਿਵੇਂ ਤੁਹਾਡੇ ਨਾਲ ਸ਼ੇਅਰ ਕੀਤਾ ਕਿ ਸਾਰੇ ਕੰਟਰੀਜ਼ ਦੇ ਵਿੱਚ ਅੱਜ ਡੇਟ ਸਾਡੇ ਕੋਲ ਕਸਟਮਰ ਬੇਸ ਹੈਗਾ। ਬਿਲਕੁਲ। ਸੋ ਹੁਣ ਜਿਵੇਂ ਕਿ ਪ੍ਰੋਜੈਕਟ ਦੇ ਬਹੁਤ ਸਾਰੇ ਲੋਕ ਨੇ ਜੋ ਕਿ ਰੈਡੀ ਟੂ ਮੂਵ ਵੀ ਲੈਣਾ ਚਾਹੁੰਦੇ ਨੇ, ਸੋ ਇਸ ਟਾਈਮ ਰੈਡੀ ਟੂ ਮੂਵ ਦੇ ਵਿੱਚ ਕਿਹੜੇ ਕਿਹੜੇ ਪ੍ਰੋਜੈਕਟ? ਰੈਡੀ ਟੂ ਮੂਵ ਦੇ ਵਿੱਚ ਸਾਡੇ ਕੋਲ ਇੱਕ ਤਾਂ ਰੈਡੀਸ਼ੀਅਲ ਟਾਊਨਸ਼ਿਪਸ ਨੇ ਜਿਹਦੇ ਵਿੱਚ ਉਹ ਇੰਡੀਪੈਂਡੈਂਟ ਪਲੋਟਸ ਵੀ ਖਰੀਦ ਸਕਦੇ ਨੇ, ਐਟ ਦਾ ਸੇਮ ਟਾਈਮ ਜਿਵੇਂ ਕੁਛ ਪ੍ਰੋਜੈਕਟ ਐਵੇਂ ਦੇ ਜਿਵੇਂ ਡੇਰਾ ਬੱਸੀ ਹੋ ਗਿਆ, ਖਰੜ ਹੋ ਗਿਆ, ਜਿੱਥੇ ਰੈਡੀ ਟੂ ਮੂਵ ਇਨ 2 BHK 3 BHK ਸਾਡੇ ਕੋਲ ਅਵੇਲੇਬਲ ਹੈਗੇ। ਮੋਰ ਸੋ ਜਿਵੇਂ ਹੁਣ ਜੀਰਕਪੁਰ ਹੋ ਗਿਆ ਜਾਂ ਪੀਰ ਮਛੱਲਾ ਹੋ ਗਿਆ, ਇੱਥੇ ਸਾਲ ਤੋਂ 1.5 ਸਾਲ ਦੇ ਵਿੱਚ ਕਾਫੀ ਸਾਡੇ ਕੋਲ ਆਪਸ਼ਨਸ ਆ ਜਾਣਗੀਆਂ ਇਨ ਟਰਮਸ ਆਫ ਰੈਡੀ ਟੂ ਮੂਵ ਇਨ। ਤਾਂ ਪੁਆਇੰਟ ਇਸ ਕਿ ਜਿਵੇਂ ਉਹਨਾਂ ਦੀ ਨੀਡ ਹੈਗੀ ਹੈ ਉਹ ਸਾਡੇ ਨਾਲ ਟੱਚ ਬੇਸ ਕਰ ਸਕਦੇ ਹਾਂ, ਅਕੋਰਡਿੰਗਲੀ ਅਸੀਂ ਉਹਨਾਂ ਨੂੰ ਲੋਕੇਸ਼ਨ ਅਤੇ ਪ੍ਰਾਈਜ਼ ਨੂੰ ਸਮਝ ਕੇ ਆਪਾਂ ਗਾਈਡ ਕਰ ਸਕਦੇ ਹਾਂ। ਜੀ, ਜਿਵੇਂ ਕਿ ਹੁਣ ਤੁਸੀਂ ਪ੍ਰਾਈਜ਼ ਦੀ ਗੱਲ ਕੀਤੀ, ਬਜਟ ਨੂੰ ਲੈ ਕੇ ਬੜਾ ਹੁੰਦਾ ਕਿ ਕਿਸੇ ਨੇ ਕਿੰਨੀ ਇਨਵੈਸਟਮੈਂਟ ਕਰਨੀ ਹੁੰਦੀ, ਕਈ ਹੁੰਦਾ ਕਿ ਥੋੜ੍ਹੇ ਬਹੁਤ ਵੀ ਪੈਸੇ ਹੈਗੇ ਉਹਨੂੰ ਵੀ ਇਨਵੈਸਟ ਕਰ ਦਿਓ, ਸੋ ਸਟਾਰਟ ਕਿੱਥੋਂ ਹੋ ਜਾਂਦਾ, ਕਿੰਨੇ ਕੁ ਬਜਟ ਤੋਂ ਸਟਾਰਟ ਹੋ ਜਾਂਦਾ? ਜਿਹੜੀ ਤਾਂ ਕਮਰਸ਼ੀਅਲ ਪ੍ਰੋਪਰਟੀ ਹੈ ਜੀ, ਉਹ ਤਾਂ 15 ਤੋਂ 20 ਲੱਖ ਦੇ ਵਿੱਚ ਸਟਾਰਟ ਹੋ ਜਾਂਦੀ ਹੈ। ਜਿਵੇਂ ਆਫਿਸ ਦਾ ਤੁਸੀਂ ਕੈਬਿਨ ਖਰੀਦਣਾ, ਹੋਟਲ ਰੂਮ 50-60 ਲੱਖ ਰੁਪਏ ਦੀ ਰੇਂਜ ਦੇ ਵਿੱਚ, 50-60 ਲੱਖ ਦੀ ਰੇਂਜ ਕੋਸਟ ਕਰਦਾ, ਇਟ ਵਿਲ ਗੋ ਅਪ ਟੂ 80 ਲੱਖ ਰੁਪੀਸ। ਸੇਮ ਵੇ ਸ਼ੋਰੂਮਸ ਹੈਗੇ ਹੈ, ਸ਼ੋਰੂਮ ਤੁਹਾਡਾ ਜਿਹੜਾ ਹੈਗਾ 1 ਕਰੋੜ ਤੋਂ ਲੈ ਕੇ 2-3 ਕਰੋੜ ਦੇ ਵਿੱਚ ਜਿਹੜੇ ਸ਼ੋਰੂਮਸ ਬਾਏ ਕੀਤੇ ਜਾ ਸਕਦੇ ਹੈ। ਸੇਮ ਵੇ ਜਿਵੇਂ ਫੂਡ ਕੋਰਟ ਹੋ ਗਿਆ, 60-70 ਲੱਖ ਰੁਪਏ ਦੀ ਇਨਵੈਸਟਮੈਂਟ ਹੈਗੀ ਹੈ। ਤਾਂ ਡਿਫਰੈਂਟ ਪ੍ਰੋਡਕਟਸ ਨੇ, ਉਹਦੇ ਵਿੱਚ ਵੀ ਪੇਮੈਂਟ ਪਲਾਨਸ ਹੁੰਦੇ ਹੈ ਕਿ ਤੁਸੀਂ 3 ਸਾਲ 'ਚ ਪੇਮੈਂਟ ਦੇ ਸਕਦੇ ਹੋ, ਤੁਸੀਂ ਸਪੋਰਟ ਪੇਮੈਂਟ ਦੇ ਸਕਦੇ ਹੋ, ਤੁਸੀਂ ਪਾਰਸ਼ੀਅਲ ਪੇਮੈਂਟ ਦੇ ਸਕਦੇ ਹੋ ਕਿ ਤੁਸੀਂ ਹੁਣ 50-60% ਪੇਮੈਂਟ ਸਪੋਰਟ ਦੇ ਤੀ ਅਤੇ ਬਾਕੀ 50-60% ਦੀ ਇੰਸਟਾਲਮੈਂਟਸ ਬਣ ਗਈਆਂ। ਪਲੋਟਸ ਜਿਹੜੇ
ਮਤਲਬ ਜਿਵੇਂ ਕਸਟਮਰ ਦਾ ਬਜਟ ਹੈਗਾ, ਜਿਵੇਂ ਉਹਦੀ ਕਨਵੀਨੀਅੰਸ ਹੈਗੀ ਹੈ, ਜਿਵੇਂ ਉਹਦੀ ਲੋਨ ਐਲੀਜੀਬਿਲਟੀ ਹੈਗੀ ਹੈ, ਡਿਪੈਂਡਿੰਗ ਅਪੋਨ ਦੈਟ ਵੀ ਕੈਨ ਗਿਵ ਹਿਮ ਮਲਟੀਪਲ ਆਪਸ਼ਨਸ ਆਫ ਪਰਚੇਜ਼ਿੰਗ, ਮਲਟੀਪਲ ਟਾਈਮ ਪੀਰੀਅਡਸ ਆਲਸੋ। ਹੁਣ ਜਿਵੇਂ ਤੁਸੀਂ ਲੋਨ ਕਰਾ ਰਹੇ ਹੋ ਫੋਰ ਐਗਜ਼ਾਮਪਲ, ਤਾਂ 15 ਸਾਲ ਦਾ ਲੋਨ ਹੋ ਗਿਆ ਤਾਂ ਆਟੋਮੈਟਿਕਲੀ ਤੁਸੀਂ ਉਸੀ ਪ੍ਰੋਪਰਟੀ ਦੇ ਪੈਸੇ 15 ਸਾਲ 'ਚ ਸਪਰੈਡ ਓਵਰ ਕਰਤੇ, ਰਾਈਟ? ਤੁਸੀਂ ਜਿਹੜਾ ਹੈਗਾ ਲੋਨ ਨਹੀਂ ਕਰਵਾ ਰਹੇ, ਤੁਸੀਂ 2 ਸਾਲ ਦਾ ਪੀਰੀਅਡ ਲੈ ਸਕਦੇ ਹੋ, ਜਿਹਦੇ ਵਿੱਚ ਜਿੰਨੀ ਦੇਰ 'ਚ ਪ੍ਰੋਪਰਟੀ ਤਿਆਰ ਹੋ ਰਹੀ ਹੈ ਤੁਸੀਂ ਕੰਸਟਰਕਸ਼ਨ ਲਿੰਕ 3-3, 4-4 ਮਹੀਨੇ ਬਾਅਦ ਇੰਸਟਾਲਮੈਂਟ ਦੇ ਸਕਦੇ ਹੋ। ਤੁਸੀਂ ਚਾਹੁੰਦੇ ਹੋ ਕਿ ਮੇਰੇ ਕੋਲ ਤਾਂ ਅੱਜ ਹੀ ਪੇਮੈਂਟ ਪਈ ਹੈ ਅਤੇ ਮੈਨੂੰ ਡਿਸਕਾਊਂਟ ਮਿਲ ਜਾਵੇ, ਹੈ ਨਾ, ਜਾਂ ਮੈਂ ਕਮਰਸ਼ੀਅਲ ਖਰੀਦ ਰਿਹਾ ਤਾਂ ਮੈਨੂੰ ਰਿਟਰਨ ਮਿਲ ਜਾਵੇ, ਤਾਂ ਤੁਸੀਂ ਅੱਜ ਹੀ ਸਾਰੀ ਪੇਮੈਂਟ ਦੇ ਸਕਦੇ ਹੋ। ਤਾਂ ਇਟਸ ਵੈਰੀ ਈਜ਼ੀ। ਇਨਵੈਸਟਮੈਂਟ ਸਟਾਰਟਸ ਰੈਡੈਂਸ਼ੀਅਲ ਦੀ 25-30 ਲੱਖ ਤੋਂ ਅਤੇ ਕਮਰਸ਼ੀਅਲ ਦੀ 15-20 ਲੱਖ ਤੋਂ। ਜਿਵੇਂ ਕਿ ਤੁਸੀਂ ਦੱਸਿਆ ਕਿ ਇਨਵੈਸਟਮੈਂਟ ਪਰਪਸ ਤੋਂ ਵੀ ਬਹੁਤ ਸਾਰੀਆਂ ਫੈਸਿਲਿਟੀਜ਼ ਦਿੱਤੀਆਂ ਜਾ ਰਹੀਆਂ ਨੇ। ਸੋ ਜੇਕਰ ਕਿਸੇ ਨੇ ਵੀ ਇਨਵੈਸਟ ਕਰਨਾ ਹੋਵੇ ਤਾਂ ਉਹਦੇ ਨਾਲ ਮਤਲਬ ਕਿ ਪ੍ਰੋਪਰ ਤਰੀਕੇ ਦੇ ਨਾਲ ਉਹਨੂੰ ਗਾਈਡੈਂਸ ਦਿੱਤੀ ਜਾਂਦੀ ਹੈ? ਓਬਵੀਅਸਲੀ ਸਾਡਾ ਜਿਹੜਾ ਓਬਜੈਕਟਿਵ ਹੈਗਾ ਹੈ ਉਹ ਇੱਕ ਲੌਂਗ ਟਰਮ ਰਿਲੇਸ਼ਨਸ਼ਿਪ ਬਿਲਡ ਕਰਨ ਦਾ, ਕਿਉਂਕਿ ਕੰਪਨੀ ਨੇ ਤੁਹਾਨੂੰ ਵਿਜ਼ਨ ਦੱਸੀ ਹੈ ਕਿ ਆਪਾਂ ਸੁਪਰ ਮਾਰਕੀਟ ਬਣਨਾ, ਜਿਹਦੇ ਵਿੱਚ ਤੁਸੀਂ ਟਰੱਸਟ ਨਾ ਲਾਓ ਕਿ ਮੈਨੂੰ ਸਸਤੇ ਰੇਟ 'ਤੇ ਮਿਲੇਗਾ, ਮੈਨੂੰ ਵਧੀਆ ਸਮਾਨ ਮਿਲੇਗਾ ਤਾਂ ਮੈਨੂੰ ਸਾਰਾ ਕੁਝ ਮਿਲੇਗਾ। ਜਦ ਤੁਹਾਡੀ ਸੋਚ ਹੀ ਥੋਟ ਪ੍ਰੋਸੈਸ ਹੀ ਇੱਕ ਸੁਪਰ ਮਾਰਕੀਟ ਬਣਨ ਦਾ ਹੈਗਾ ਰੀਅਲ ਸਟੇਟ ਦੀ, ਤਾਂ ਆਟੋਮੈਟਿਕਲੀ ਉਹਦੇ ਵਿੱਚ ਸਾਡਾ ਜਿਹੜਾ ਫੋਕਸ ਰਹੇਗਾ ਕਿ ਕਸਟਮਰ ਸਾਡੇ ਨਾਲ ਲੰਬਾ ਜੁੜਿਆ ਰਹੇ। ਕੋਈ ਵੀ ਦੁਕਾਨਦਾਰੀ, ਕੋਈ ਵੀ ਬਿਜ਼ਨਸ, ਕੋਈ ਵੀ ਇੰਡਸਟਰੀ ਤਾਂ ਹੀ ਚੱਲਦੀ ਹੈ ਜੇ ਕੋਈ ਰਿਪੀਟਡ ਕਸਟਮਰ ਆਉਂਦਾ ਨਾ। ਵਨ ਟਾਈਮ ਕਸਟਮਰ ਦੇ ਨਾਲ ਕੋਈ ਵੀ ਬਿਜ਼ਨਸ ਕਾਮਯਾਬ ਨਹੀਂ ਹੋ ਸਕਦਾ। ਤਾਂ ਸੇਮ ਵੇ ਸਾਡਾ ਫੋਕਸ ਇਹ ਹੈ ਕਿ ਜਿਹੜਾ ਵੀ ਕਸਟਮਰ ਸਾਡੇ ਕੋਲ, ਚਾਹੇ ਇੰਡੀਆ 'ਚ ਹੋਵੇ ਚਾਹੇ ਅਬਰੋਡ ਹੋਵੇ, ਅਗਰ ਅੱਜ ਸਾਡੇ ਨਾਲ 20 ਲੱਖ 50 ਲੱਖ ਲਾ ਰਿਹਾ ਹੈ ਤਾਂ ਉਹ ਸਾਰੀ ਉਮਰ ਦੇ ਵਿੱਚ ਕਿੰਨਾ ਪੈਸਾ ਲਾ ਸਕਦਾ ਅਗਲੇ 20 ਸਾਲ 30 ਸਾਲ 40 ਸਾਲ ਦੇ ਵਿੱਚ? ਤਾਂ ਉਹਦਾ ਜਿਹੜਾ ਐਕਸਪੀਰੀਅੰਸ ਹੈਗਾ ਹਮੇਸ਼ਾ ਵਧੀਆ ਹੋਣਾ ਚਾਹੀਦਾ ਤਾਂ ਕਿ ਉਹ ਸੈਟਿਸਫਾਈਡ ਕਸਟਮਰ ਹੋਵੇ, ਉਹਦੇ ਥਰੂ ਸਾਨੂੰ ਰੈਫਰੈਂਸ ਬਿਜ਼ਨਸ ਮਿਲੇ, ਹੈ ਨਾ, ਉਹਨਾਂ ਦੀ ਫੈਮਿਲੀ ਦਾ। ਆਲਰੇਡੀ ਆਮ ਵੈਰੀ ਹੈਪੀ, ਮੈਂ ਨਿਊਯਾਰਕ ਦੇ ਵਿੱਚ ਇੱਕ ਕਸਟਮਰ ਨੂੰ ਅਟੈਂਡ ਕੀਤਾ, ਉਹਨੂੰ ਕਲੋਜ਼ ਕੀਤਾ, ਅਤੇ ਅੱਜ ਉਹ ਸਾਡੇ ਰੈਗੂਲਰ ਕਸਟਮਰ ਬਣ ਗਏ, ਹਰ ਸਾਲ ਸਾਡੇ ਕੋਲ ਪੈਸਾ ਉਹ ਇਨਵੈਸਟ ਕਰਦੇ ਨੇ, ਫੈਮਿਲੀ ਟਰਮਸ ਬਣ ਗਏ ਇੱਕ ਤਰ੍ਹਾਂ ਦੀਆਂ, ਬਿਕੋਜ਼ ਟਰੱਸਟ ਬਣ ਗਿਆ। ਸੇਮ ਵੇ ਕੋਸ਼ਿਸ਼ ਇਹੀ ਰਹੇਗੀ ਕਿ ਆਪਣੇ ਵੱਲੋਂ ਅਸੀਂ 100% ਦੇ ਸਕੀਏ। ਸੋ ਬਿਲਕੁਲ ਸਰ, ਥੈਂਕ ਯੂ ਸੋ ਮਚ ਕਿ ਤੁਸੀਂ ਇਹ ਸਾਰੀ ਮਤਲਬ ਕਿ ਸਾਰੇ ਪ੍ਰੋਜੈਕਟ ਬਾਰੇ ਟਾਈਮ ਕੱਢਿਆ ਆਪਣੇ ਬਿਜ਼ੀ ਸ਼ਡਿਊਲ ਦੇ ਵਿੱਚ, ਸਾਰੀ ਜਿਹੜੀ ਡਿਟੇਲ ਦੇ ਵਿੱਚ ਜਾਣਕਾਰੀ ਦਿੱਤੀ ਹੈ, ਅਤੇ ਇੰਨੇ ਅੱਛੇ ਅੱਛੇ ਪ੍ਰੋਜੈਕਟ ਜਿਹੜੇ ਤੁਸੀਂ ਸਾਡੇ ਵਾਸਤੇ ਲੈ ਕੇ ਆਏ ਹੋ, ਜੋ ਕਿ ਮੇਰੇ ਖਿਆਲ ਦੇ ਵਿੱਚ ਇੰਡੀਆ 'ਚ ਜੋ ਅਸੀਂ ਸੋਚਦੇ ਸੀ ਕਿ ਫਿਊਚਰ ਦੇ 20-25 ਸਾਲਾਂ ਬਾਅਦ ਇੱਦਾਂ ਹੋਏਗਾ, ਉਹ ਤੁਸੀਂ ਹੁਣੇ ਬਣਾ ਦਿੱਤਾ। ਸੋ ਲਾਸਟ ਦੇ ਵਿੱਚ ਕੋਈ ਮੈਸੇਜ ਜਿਹੜਾ ਤੁਸੀਂ ਸਾਡੇ ਨਾਲ ਸ਼ੇਅਰ ਕਰਨਾ ਚਾਹੋ? ਮੈਂ ਤਾਂ ਇਹ ਸ਼ੇਅਰ ਕਰਨਾ ਚਾਹਾਂਗਾ ਕਿ ਆਉਣ ਵਾਲਾ ਟਾਈਮ ਬਹੁਤ ਵਧੀਆ ਹੈਗਾ, ਬਿਕੋਜ਼ ਜਿਹੜੀ ਇੰਡੀਆ ਦੇ ਕੋਲ ਡੈਮੋਗ੍ਰਾਫਿਕ ਡਿਵੀਡੈਂਟ ਜਿਹੜਾ ਇੱਕ ਇਹ ਹੈਗਾ ਹੈ ਕਿ ਯੰਗ ਪਾਪੂਲੇਸ਼ਨ ਹੈਗੀ ਹੈ ਅਤੇ ਪਾਪੂਲੇਸ਼ਨ ਬਹੁਤ ਜ਼ਿਆਦਾ ਹੈ, ਇਹ ਇਕਨੋਮੀ ਨੂੰ ਵੀ ਡਰਾਈਵ ਕਰੇਗਾ ਅਤੇ ਐਪਰੀਸ਼ੀਏਸ਼ਨ ਨੂੰ ਵੀ ਡਰਾਈਵ ਕਰੇਗਾ, ਰਾਈਟ? ਲਿਵਿੰਗ ਅਪਾਰਟ ਆਲ ਅਦਰ ਥਿੰਗਸ, ਜਿਵੇਂ ਚਾਈਨਾ ਬੜਾ ਫਾਸਟ ਗਰੋ ਕੀਤਾ ਹੈ 2030, 2040, 2050, ਤੁਸੀਂ ਗੂਗਲ, ਯੂਟਿਊਬ, ਜਿੱਥੇ ਮਰਜ਼ੀ ਜਿਹੜੇ ਮਰਜ਼ੀ ਉਹਨੂੰ ਕੋਲਮ ਨੂੰ ਚੱਕ ਕੇ ਦੇਖ ਲਓ, ਇੰਡੀਆ ਵਿਲ ਬੀ ਦਾ ਨੈਕਸਟ ਸੁਪਰ ਪਾਵਰ ਇਨ ਟਰਮਸ ਆਫ, ਚਾਹੇ ਉਹ ਮਿਲਟਰੀ ਐਂਗਲ ਤੋਂ ਹੋਵੇ, ਚਾਹੇ ਉਹ ਇਕਨੋਮੀ ਦੇ ਐਂਗਲ ਤੋਂ ਹੋਵੇ। ਸੋ ਇਟ ਵਿਲ ਬੀ ਦਾ ਥਰਡ ਲਾਰਜੈਸਟ ਇਕਨੋਮੀ ਆਫ ਦਾ ਵਰਲਡ। ਸੋ ਆਟੋਮੈਟਿਕਲੀ ਮੈਂ ਮੰਨਦਾ ਹੈ ਕਿ ਇਹ ਸਹੀ ਟਾਈਮ ਹੈ, ਪਹਿਲੀ ਚੀਜ਼ ਕਿ ਡਿਸੀਜਨ ਲੈਣ ਵਾਸਤੇ। ਦੂਸਰੀ ਚੀਜ਼, ਅੱਜ ਦੀ ਡੇਟ ਦੇ ਵਿੱਚ ਬੜੇ ਪ੍ਰੋਫੈਸ਼ਨਲ ਜਿਹੜੇ ਹੈਗੇ ਹੈ ਪਲੇਅਰਸ ਮਾਰਕੀਟ ਦੇ ਵਿੱਚ ਹੈਗੇ ਹੈ, ਤਾਂ ਉਹ ਦਿਮਾਗ 'ਚ ਕੋਈ ਵੀ ਸ਼ੰਕਾ ਹੈਗੀ ਹੈ ਉਹ ਤੁਸੀਂ ਸ਼ੇਅਰ ਕਰੋ, ਕਨਵੀਨਸ ਹੋ, ਕਨਵੀਨਸ ਹੋਣ ਤੋਂ ਬਾਅਦ ਪਰਚੇਜ਼ ਕਰੋ, ਪਹਿਲੀ ਚੀਜ਼। ਦੂਸਰੀ ਚੀਜ਼ ਜਿਹੜਾ ਹੈਗਾ ਆਉਣ ਵਾਲੇ ਟਾਈਮ ਦੇ ਵਿੱਚ, ਜਿਵੇਂ ਜਿਵੇਂ ਜਿਹੜੇ ਅੰਡਰ ਡਿਵੈਲਪ ਕੰਟਰੀਜ਼ ਨੇ ਜਾਂ ਡਿਵੈਲਪਿੰਗ ਕੰਟਰੀਜ਼ ਨੇ, ਇਹਨਾਂ ਦੀ ਇਕਨੋਮੀ ਗਰੋ ਕਰ ਰਹੀ ਹੈ, ਕੰਟਰੀਜ਼ ਗਰੋ ਕਰ ਰਹੇ ਹੈ, ਡਿਵੈਲਪਡ ਕੰਟਰੀਜ਼ ਥੋੜ੍ਹਾ ਜਿਹਾ ਸਲੋ ਹੋ ਜਾਣਗੇ, ਬਿਕੋਜ਼ ਉੱਥੇ ਏਜ ਜਿਹੜੀ ਹੈਗੀ ਹੈ, ਚਾਹੇ ਜਪਾਨ ਦੀ ਏਜ 48 ਈਅਰਸ ਐਵਰੇਜ ਹੋ ਗਈ ਹੈ, US ਦੀ 37 ਹੈ, ਉਹ ਨੈਗੇਟਿਵ ਸਾਈਡ ਹੋਣ ਕਰਕੇ ਡੀ ਗਰੋਥ ਹੋਏਗੀ, ਰਾਈਟ? ਸੋ ਦੇ ਵਿਲ ਨੋ ਦੇਅਰ ਇਕਨੋਮੀਸ ਵਿਲ ਬੀ ਗਰੋਇੰਗ ਐਟ 1%, 2% ਔਰ ਈਵਨ ਇਨ ਦਾ ਮਾਈਨਸ। ਸੋ ਆਟੋਮੈਟਿਕਲੀ ਤੁਹਾਨੂੰ ਆਪਣਾ ਪੋਰਟਫੋਲੀਓ ਬਿਲਡ ਕਰਨਾ ਚਾਹੀਦਾ ਇਸ ਹਿਸਾਬ ਨਾਲ ਕਿ ਤੁਸੀਂ ਡਾਇਵਰਸੀਫਾਈ ਕਰੋ, ਕਿ ਮੈਂ ਅਗਰ ਸਾਰਾ ਪੈਸਾ ਇੱਕੋ ਕੰਟਰੀ 'ਚ ਲਾ ਰਿਹਾ, ਇੱਕੋ ਜਗ੍ਹਾ 'ਤੇ ਲਾ ਰਿਹਾ, ਤਾਂ ਉਹਦੀ ਬਜਾਏ ਮੈਂ ਕੁਛ ਪੈਸਾ ਜਿਹੜਾ ਹੈਗਾ ਅੰਡਰ ਡਿਵੈਲਪਡ ਜਾਂ ਡਿਵੈਲਪਿੰਗ ਕੰਟਰੀ 'ਚ ਵੀ ਲਾਵਾਂ, ਸੋ ਦੈਟ ਕਿ ਉੱਥੇ ਐਪਰੀਸ਼ੀਏਸ਼ਨ ਆਏਗੀ। ਦੂਸਰੀ ਚੀਜ਼, ਸਭ ਤੋਂ ਵੱਡੀ ਗੱਲ ਮੈਂ ਤੁਹਾਡੀ ਕਹਿਣਾ ਚਾਹਾਂਗਾ ਕਿ ਸਾਡੇ ਕੋਲ ਰੇਂਜ 'ਚ ਅਤੇ ਲੋਕੇਸ਼ਨਸ ਉਹ ਇਸ ਹਿਸਾਬ ਨਾਲ ਨੇ ਕਿ ਤੁਹਾਡੀ ਹਰ ਜਿਹੜੀ ਰਿਕੁਆਇਰਮੈਂਟ, ਚਾਹੇ ਉਹ ਰਹਿਣ ਦੀ ਹੋਵੇ ਚਾਹੇ ਐਪਰੀਸ਼ੀਏਸ਼ਨ ਦੀ ਹੋਵੇ, ਪੂਰੀ ਹੋ ਸਕਦੀ ਹੈ। ਤਾਂ ਇੱਕ ਵਾਰ ਉਹਦੇ ਉੱਪਰ ਜਿਹੜਾ ਹੈਗਾ ਵਿਚਾਰ ਜ਼ਰੂਰ ਕਰੋ ਅਤੇ ਸਾਨੂੰ ਸੇਵਾ ਦਾ ਮੌਕਾ ਜ਼ਰੂਰ ਦਿਉ, ਅਤੇ ਸਾਡੀ ਕੋਸ਼ਿਸ਼ ਇਹੀ ਰਹੇਗੀ, ਮੇਰਾ ਮੈਸੇਜ ਇਹੀ ਹੈ ਕਿ ਅਸੀਂ ਤੁਹਾਨੂੰ ਇੱਕ ਅੱਛਾ ਪਾਰਟਨਰ, ਬਿਜ਼ਨਸ ਪਾਰਟਨਰ ਜਿਹਨੂੰ ਮੈਂ ਕਹੂੰਗਾ, ਇਨਵੈਸਟਮੈਂਟ ਪਾਰਟਨਰ ਜਿਹੜਾ ਹੈਗਾ ਪ੍ਰੂਵ ਹੋਵਾਂਗਾ। ਅਤੇ ਲਾਸਟ ਦੇ ਵਿੱਚ ਫਿਊਚਰ ਪਲਾਨਸ ਥੋੜ੍ਹੇ ਜਿਹੇ ਡਿਸਕਸ ਕਰੋ। ਫਿਊਚਰ ਪਲਾਨਸ ਜੀ, ਅਸੀਂ ਤਾਂ ਸ਼ਿਮਲਾ 'ਚ ਐਂਟਰ ਕਰ ਰਹੇ ਹਾਂ, ਅਤੇ ਪਾਲਮਪੁਰ 'ਚ ਸਾਡੀ ਕੋਸ਼ਿਸ਼ ਚੱਲ ਰਹੀ ਹੈ ਕਿ ਅਸੀਂ ਇੱਕ ਫਿਲਮ ਸਿਟੀ ਬਣਾਈਏ ਅਤੇ ਸ਼ਿਮਲਾ ਦੇ ਵਿੱਚ ਕੁਝ ਅਪਾਰਟਮੈਂਟਸ ਲੈ ਕੇ ਆਈਏ, ਜਿਹੜੀ ਕਿ ਬਹੁਤ ਜ਼ਿਆਦਾ ਡਿਮਾਂਡ ਹੈ NRI ਭਰਾਵਾਂ ਦੀ ਵੀ, ਅਤੇ ਲੋਕਲ ਜਿਹੜੇ ਦਿੱਲੀ ਵਾਲੇ ਅਤੇ ਬੰਬੇ ਵਾਲਿਆਂ ਦੀ ਵੀ, ਅਤੇ ਲੁਧਿਆਣਾ 'ਚ ਵੀ ਅਸੀਂ ਇੱਕ ਪਲਾਜ਼ਾ ਬਣਾ ਰਹੇ ਹਾਂ ਹੌਜ਼ਰੀ ਮਾਰਕੀਟ ਦੇ ਵਿੱਚ। ਸੇਮ ਵੇ ਨਵਾਂ ਸ਼ਹਿਰ ਦੇ ਵਿੱਚ ਅਸੀਂ
ਕਿ ਜਿਹੜੇ NRI ਭਰਾ ਉੱਥੋਂ ਕਾਫੀ ਜ਼ਿਆਦਾ ਬਾਹਰ ਸੈਟਲਡ ਨੇ ਉਹ ਜਦ ਵਾਪਸ ਆਉਣ ਤਾਂ ਉਹਨਾਂ ਨੂੰ ਇੱਕ ਅੱਛੀ ਟਾਊਨਸ਼ਿਪ ਮਿਲੇ ਅਤੇ ਉਹ ਵੀ ਕੋਸ਼ਿਸ਼ ਹੈ ਕਿ ਅਗਲੇ 2 ਸਾਲਾਂ 'ਚ ਸਾਰੀ ਚੀਜ਼ਾਂ ਮਟੀਰੀਅਲਾਈਜ਼ ਕਰੀਏ। ਬਿਲਕੁਲ ਸੋ ਮੀਨ ਕਿ ਇਸ ਟਾਈਮ ਇਨਵੈਸਟ ਕਰਨਾ ਆ ਅਤੇ ਚੰਡੀਗੜ੍ਹ ਇਹਦੇ ਆਸ ਪਾਸ ਸਾਰੇ ਏਰੀਆਜ਼ ਅਤੇ ਫਿਊਚਰ ਦੇ ਵਿੱਚ ਜੇਕਰ ਤੁਸੀਂ ਫਿਊਚਰ ਦੇ ਵਿੱਚ ਹਰ ਮੇਰੇ ਖਿਆਲ ਦੇ ਵਿੱਚ ਹਰ ਚੀਜ਼ ਨੂੰ ਹਰ ਇੰਡੀਆ ਪੂਰੇ ਇੰਡੀਆ ਨੂੰ ਕਵਰ ਕਰਨ ਵਾਲੇ ਹੋ ਸੋ ਥੈਂਕ ਯੂ ਸੋ ਮੱਚ ਆਪਣੀ ਬਿਜ਼ੀ ਸ਼ਡਿਊਲ ਦੇ ਵਿੱਚੋਂ ਟਾਈਮ ਕੱਢਣ ਦੇ ਲਈ ਇਹ ਸਾਰਾ ਕੁਝ ਦੱਸਣ ਦੇ ਲਈ। ਥੈਂਕ ਯੂ ਸੋ ਮੱਚ। ਆਈ ਹੋਪ ਕਿ ਇਹ ਜਿਹੜਾ ਜੋ ਵੀ ਅੱਜ ਡਿਟੇਲ ਦੇ ਵਿੱਚ ਤੁਹਾਨੂੰ ਜਾਣਕਾਰੀ ਦਿੱਤੀ ਗਈ ਹੈ ਪੂਰੇ ਤਰੀਕੇ ਦੇ ਨਾਲ ਤੁਸੀਂ ਸੈਟਿਸਫਾਈਡ ਹੋਗੇ। ਸੋ ਇਨਵੈਸਟਮੈਂਟ ਕਰਨੀ ਹੈ, ਫਲੈਟਸ ਜੇਕਰ ਆਪਣੇ ਰਹਿਣ ਦੇ ਲਈ ਘਰ ਲੈਣਾ ਹੈ, ਫਲੈਟ ਲੈਣੇ, ਅਪਾਰਟਮੈਂਟ ਲੈਣੇ, ਪਲੋਟਸ ਲੈਣੇ ਆ, ਪ੍ਰੋਪਰ ਤਰੀਕੇ ਦੇ ਨਾਲ ਜੋ ਵੀ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ, ਜੋ ਵੀ ਫਿਊਚਰ ਦੇ ਵਿੱਚ ਤੁਸੀਂ ਪ੍ਰੋਪਰਟੀ ਦੇ ਲਈ ਸੋਚ ਰਹੇ ਹੋ, ਉਹ ਸਭ ਕੁਝ GPP ਗਰੁੱਪ ਤੁਹਾਡੇ ਲਈ ਲੈ ਕੇ ਆਇਆ। ਸੋ ਇਸੇ ਤਰ੍ਹਾਂ ਮੈਨੂੰ ਪ੍ਰੀਤ ਨੂੰ ਵੀ ਦੇ ਇਜਾਜ਼ਤ। ਸਤਿ ਸ਼੍ਰੀ ਅਕਾਲ।